अमरीका वेरी ब्यूटीफुल कंट्री, बहुत सोहना मुल्क है। एमिनिस नू सुपर पावर कहते, सारी दुनिया डर रही है। अमरीका एक लैंड ऑफ अपॉर्चुनिटी भी है, पर उन्हां लोकां लई आ जो लोग अपना दिल पिछे छड के अपने दिमाग तो कम करते हैं, सख्त मेहनत करते हैं। जिहड़े लोग दिमाग नूं भुल के अपने दिल नाल फैसले करते हैं, उन्हां नाल की हुंदा ये आप ही देख लो। रूबी, असीं कदों तक इहो जिहे कम करते रहना? ते नाले मैं इहो जिहे गलत कम कर लई इत्थे नहीं आया सी। डोंट वरी, मेरे ते भरोसा रख, मैं कोई होर प्लान बनांदी आ, आपां होर की कर सकते आ। कदी कदी मैनूं लगदा कि असीं इह ना दोवें गलत पासे जा रहे आ। की तू स्टोरां ते धक्के खाने चाहुंदा सारी उमर? दिस इज द फास्ट वे टू मेक क्विक मनी। तू चिंता ना करया कर, आपां सैटल हो जावांगे, ट्रस्ट मी। पता नहीं कित्थे चल गई है, इहदा भी ना मैनूं कुछ समझ नहीं आउंदा। Hi Dino. Hey Ruby. You have my stuff ready? Yep. Thank you. We need to speed up this process. Because Karan's thinking about quitting. What? What did you say? Yes, but don't worry, I'll take care of it. You better. You're welcome. Hi, TJ. Hey, you. Sorry I'm late. Ruby. I feel like I want to expand my business. Canada is the second largest growing market in the world. Yeah, I heard that too. Give me a couple of months. I'm working on a plan. I hope it will go through. Then I'll move to Canada. So let me know as soon as you're done with the plan. I might have very good news for you. Good news? What are you talking about? Chill. I haven't been paid for the last two transactions. I am sorry. It won't happen again. Okay. Just remember, I don't mess around.
ਪੰਜਾਬ ਵਿੱਚ ਮੇਰਾ ਲੰਗੋਟੀਆ ਯਾਰ ਜੀਤ ਰਹਿੰਦਾ ਬਹੁਤ ਯਾਦ ਆਉਂਦਾ ਕਦੀ ਕਦੀ ਇਕੱਠੇ ਖੇਡਦੇ ਸੀ ਇਕੱਠੇ ਪੜ੍ਹਦੇ ਸੀ ਮਿਊਜ਼ਿਕ ਵੀ ਸਿੱਖਦੇ ਸੀ ਵਗੈਰਾ ਵਗੈਰਾ ਬਚਪਨ ਵਿੱਚ ਸਾਨੂੰ ਦੋਨਾਂ ਨੂੰ ਅੱਗੇ ਵਧਣ ਦਾ ਅਤੇ ਕੁਝ ਵੱਖਰਾ ਕਰਨ ਦਾ ਬਹੁਤ ਚਾਅ ਹੁੰਦਾ ਸੀ ਮੈਨੂੰ ਅੱਗੇ ਵਧਣ ਦਾ ਸ਼ੌਕ ਸੀ ਅਤੇ ਜੀਤ ਦੀ ਮਜਬੂਰੀ ਕਦੀ ਕਦੀ ਸੋਚਦਾ ਕਿ ਕਾਸ਼ ਉਹ ਵੀ ਮੇਰੇ ਨਾਲ ਇੱਥੇ ਅਮਰੀਕਾ ਵਿੱਚ ਹੁੰਦਾ ਤਾਂ ਗੱਲਬਾਤ ਹੀ ਕੁਝ ਵੱਖਰੀ ਹੋਣੀ ਸੀ ਜੀਤ ਲੱਗਦਾ ਕਾਲਾ ਆਪਣੇ ਸਹੁਰਿਆਂ ਦੇ ਚੱਲਿਆ ਚੱਲਦਾ ਬੋਲ ਸੰਭਾਈ ਤੇਰਾ ਮੇਰਾ ਪਿਆਰ
ਤਾਂ ਜੀਤ ਇੰਡੀਆ ਤੋਂ ਲਾਣਤੀਆ ਜਾਂਦਾ ਹੀ ਭੁੱਲ ਗਿਆ ਇੰਨੀ ਛੇਤੀ ਤਾਂ ਝੱਗ ਦੇ ਬੁਲਬੁਲੇ ਨਹੀਂ ਫੁੱਟਦੇ ਉਹ ਤੂੰ ਤੂੰ ਤਾਂ ਤੂੰ ਤਾਂ ਉਹਦਾ ਮੋਛਾ ਵੀ ਵਿਚਾਲੋ ਭੰਨਤਾ ਉਹ ਜੀਤ ਤੂੰ ਕਿਹੜਾ ਮੈਨੂੰ ਕਦੀ ਫੋਨ ਕੀਤਾ ਯਾਰਾ ਅੱਜ ਤੂੰ ਗੋਰਿਆਂ ਨਾਲ ਖੁਸ਼ੀਆਂ ਮਨਾਉਣਾ ਤੈਨੂੰ ਪੰਜਾਬੀ ਭਰਾ ਕਿੱਥੇ ਚੇਤੇ ਆਉਣੇ ਨੇ ਉਹ ਖੁਸ਼ੀਆਂ ਮਨਾਉਣ ਨੂੰ ਕਿਹਦਾ ਦਿਲ ਕਰਦਾ ਕਿਸੇ ਪੰਜਾਬੀ ਭਰਾ ਦੇ ਗੱਲ ਗਰਾਉਣ ਨੂੰ ਮਨ ਬਹੁਤ ਤਰਸਦਾ ਕੀ ਗੱਲ ਕਰਨ ਬੜਾ ਉਦਾਸ ਆ ਉਹ ਕੋਈ ਖੁਸ਼ ਹੈ ਦੁਨੀਆਂ 'ਚ ਦੁਨੀਆਂ ਦਾ ਤਾਂ ਮੈਨੂੰ ਪਤਾ ਨਹੀਂ ਲਾਣਤੀ ਆ ਤੂੰ ਤਾਂ ਖੁਸ਼ ਆ ਨਾ ਤੇਰੀ ਤਾਂ ਰੱਬ ਨੇ ਕੋਲ ਬਹਿ ਕੇ ਸੁਣੀ ਆ ਅੱਜ ਅਮਰੀਕਾ ਵਰਗੀ ਧਰਤੀ ਤੇ ਬੈਠਾ ਅਮਰੀਕਾ ਵਰਗੀ ਧਰਤੀ ਤੇ ਉਹ ਸਵਰਗ ਵਰਗੀ ਧਰਤੀ ਤੇ ਮੌਜਾਂ ਮਾਣਦਾ ਮੌਜਾਂ ਮੈਂ ਵੀ ਆ ਰਿਹਾ ਫਿਰ ਚੱਲ ਆ ਜਾ ਤੂੰ ਵੀ ਆ ਜਾ ਅਮਰੀਕਾ ਵਿੱਚ ਕਰਨ ਮੈਂ ਸੱਚਮੁੱਚ ਅਮਰੀਕਾ ਆ ਰਿਹਾ ਦਿਮਾਗ ਤਾਂ ਟਿਕਾਣੇ ਆ ਕੀ ਰੱਖਿਆ ਇੱਥੇ ਜੇ ਨਹੀਂ ਸੀ ਕੁਝ ਇੱਥੇ ਤੂੰ ਕੀ ਕਰਨ ਗਿਆ ਸੀ ਇੱਥੇ ਆਪਣਾ ਪੰਜਾਬ ਵਿੱਚ ਸਭ ਕੁਝ ਵਿੱਚ ਵੱਟ ਕੇ ਉਹ ਤੂੰ ਕਹਿਣਾ ਕੀ ਚਾਹੁੰਦਾ ਮੈਂ ਕੀ ਚਾਹੁੰਦਾ ਯਾਰਾ ਮਿਹਨਤ ਦਾ ਮੁੱਲ ਨਹੀਂ ਪੈਂਦਾ ਗਰੀਬੀ ਨੇ ਲੱਕ ਤੋੜਿਆ ਪਿਆ ਉਹ ਬੜੀ ਮੁਸ਼ਕਿਲ ਨਾਲ ਰੋਟੀ ਜੁੜਦੀ ਆ ਰੋਟੀ ਜੇ ਹੁਣ ਨਾ ਆ ਸਕਿਆ ਨਾ ਤਾਂ ਸਭ ਮਿੱਟੀ ਹੋ ਜਾਣਾ ਮੈਂ ਵੀ ਤੇਰੇ ਵਾਂਗ ਡਾਲਰ ਕਮਾਉਣਾ ਚਾਹੁੰਦਾ ਡਾਲਰ ਉਹ ਜੀਤ ਕੋਈ ਹੋਰ ਤਰੀਕਾ ਵੀ ਲੱਭਿਆ ਜਾ ਸਕਦਾ ਲੱਭਿਆ ਜਾ ਸਕਦਾ ਸੀ ਪਰ ਹੁਣ ਨਹੀਂ ਬੜੀ ਮੁਸ਼ਕਿਲ ਨਾਲ ਏਜੰਟ ਨਾਲ ਗੱਲ ਨਿਬੇੜੀ ਆ ਜੋ ਕੁਝ ਸੀ ਸਭ ਦਾਅ ਤੇ ਲਾਤਾ ਜੇ ਹੁਣ ਨਾ ਆ ਸਕਿਆ ਤਾਂ ਸਭ ਮਿੱਟੀ ਹੋ ਜਾਣਾ ਜੀਤ ਕਈ ਵਾਰ ਥੁੱਕ ਦੀ ਚਮਕ ਵੀ ਚਾਂਦੀ ਵਰਗੀ ਹੁੰਦੀ ਆ ਪਤਾ ਨਾ ਤੈਨੂੰ ਨਾ ਤੈਨੂੰ ਪਤਾ ਕੀ ਬੀਤਦੀ ਪਈ ਆ ਸਾਡੇ ਨਾਲ ਬਾਪੂ ਦਾ ਕਰਜ਼ਾ ਲਾਉਣਾ ਭੈਣ ਦਾ ਵਿਆਹ ਕਰਨਾ ਆੜਤੀ ਆ ਸਾਰੀ ਜ਼ਮੀਨ ਦੱਬੀ ਬੈਠਾ ਮੈਂ ਵੀ ਤੇਰੇ ਵਾਂਗ ਡਾਲਰ ਕਮਾਉਣਾ ਚਾਹੁੰਦਾ ਡਾਲਰ ਨਾਲੇ ਮੇਰੀ ਗੱਲ ਸੁਣ ਲਾ ਕੱਲ ਸਵੇਰ ਦੇ 10 ਵਜੇ ਦੀ ਫਲਾਈਟ ਆ ਤੇ ਮੈਨੂੰ ਉੱਥੋਂ ਚੁੱਕਣਾ ਜੀ ਮੇਰਾ ਵੀਰ ਤੈਨੂੰ ਮੈਂ ਕਿਵੇਂ ਸਮਝਾਵਾਂ ਯਾਰ ਨਾ ਕੰਜਰਾ ਜਦ ਆਪ ਆਉਣਾ ਸੀ ਤਾਂ ਬੜਾ ਖੜਿਆ ਫਿਰਦਾ ਸੀ ਤੇ ਹੁਣ ਮੈਂ ਆਉਣ ਲੱਗਾ ਤੈਨੂੰ ਸੱਪ ਸੌਂ ਗਿਆ ਕਿਸੇ ਨਾਲ ਪੇਚਾ ਪੂਚਾ ਤਾਂ ਨਹੀਂ ਪੈ ਗਿਆ ਮੈਨੂੰ ਲੱਗਦਾ ਇਸ਼ਕ ਉਸ਼ਕ ਹੋ ਗਿਆ ਤੈਨੂੰ ਆ ਕੇ ਦੇਖ ਲਈ ਇੱਦਾਂ ਦੀ ਕੋਈ ਗੱਲ ਨਹੀਂ ਦੇਖ ਲਈ ਆ ਕੇ ਚੱਲ ਫਿਰ ਆ ਰਿਹਾ ਮੈਂ ਟਾਈਮ ਨਾਲ ਆ ਜੀ ਤੈਨੂੰ ਮੈਂ ਕੀ ਦੱਸਾਂ ਯਾਰਾ ਇੱਥੋਂ ਦੇ ਲੋਕ ਪਿਆਰ ਘੱਟ ਅਤੇ ਵਪਾਰ ਵੱਧ ਕਰਦੇ ਆ ਉਹ ਸ਼ਖਸੀਅਤ ਆ ਜਦੋਂ ਨਵਾਂ ਨਵਾਂ ਅਮਰੀਕਾ ਆਇਆ ਸੀ ਤਾਂ ਮਿਲਿਆ ਸੀ ਦੋਸਤੀ ਪਈ ਸੀ ਇਸ ਨਾਲ ਮੇਰੀ ਪਿਆਰ ਵਿੱਚ ਕਦੋਂ ਬਦਲ ਗਈ ਪਤਾ ਹੀ ਨਹੀਂ ਲੱਗਾ ਹਾਂ ਮੈਂ ਕਦੇ ਕਦੇ ਗੁੱਸੇ ਜ਼ਰੂਰ ਹੋ ਜਾਂਦਾ ਉਹਦੇ ਨਾਲ ਪਰ ਉਹਦਾ ਮੈਨੂੰ ਮਨਾਉਣ ਦਾ ਅੰਦਾਜ਼ ਹੀ ਕੁਝ ਵੱਖਰਾ ਹੁੰਦਾ ਸਤਾਵੇ ਰਤ ਨੀਂਦ ਨਾ ਆਵੇ
ਤੇਰੇ ਨਾਲ ਹੋ ਗਿਆ। Come on, Ruby, hurry up. Let's go. Drop the gun. Take him, officer. Take him. Arrest him. He killed my husband. Lock him up forever. Don't let him out. ਸੌਰੀ ਜੀਤ, ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ ਮੇਰੇ ਯਾਰਾ। ਅੱਜ ਮੇਰੇ ਯਾਰ ਨੇ ਬਹੁਤ ਖੁਸ਼ ਹੋਣਾ ਮੈਨੂੰ ਦੇਖ ਕੇ। ਬੜੀ ਦੇਰ ਬਾਅਦ ਮਿਲਣਾ ਸੀ ਇੱਕ ਦੂਜੇ ਨੂੰ। ਬਚਪਨ ਦਾ ਯਾਰ ਲੱਗਦਾ ਫਿਰ। ਬਚਪਨ ਦੇ ਲੰਗੋਟੀਏ ਯਾਰ ਆ। ਚੰਗਾ ਵੀਰ, ਫਿਰ ਮਿਲਦੇ ਆ। ਓਕੇ ਓਕੇ, ਗੁੱਡ ਲੱਕ। ਗੱਲ ਹੋਈ ਬਾਦਸ਼ਾਹ? ਕਿਤੇ ਗਿਆ ਹੋਣਾ ਭਾਜੀ। ਤੇ ਨਾ ਆ ਫੇਰ? ਫੇਰ ਕਿਤੇ ਹੋਰ ਟਿਕਾਣਾ ਲੱਭ ਲਾਂਗੇ। ਕੋਈ ਹੋਰ ਜਾਣਦਾ? ਹੋਰ ਤਾਂ ਇੱਥੇ ਕੋਈ ਨਹੀਂ ਜਾਣਦਾ ਭਾਜੀ। ਭਾਈ ਅਮਰੀਕਾ ਆ, ਇੱਥੇ ਦੀ ਧਰਤੀ ਵਿਹਲੇ ਤੇ ਨਿਕੰਮਿਆਂ ਨੂੰ ਟਿਕਣ ਨਹੀਂ ਦਿੰਦੀ। ਹੋਰ ਕੋਈ ਹੈ ਜੋ ਆਪਣਾ ਹੋਵੇ? ਆਪਣਾ ਤਾਂ ਉਹ ਰੱਬੇ ਹੀ ਆ ਭਾਜੀ। ਚੰਨੀ, ਚੱਲ ਠੀਕ ਆ ਫਿਰ। ਆਹ ਕੀ ਪੰਗਾ ਪੈ ਗਿਆ? ਐਨੀ ਪ੍ਰੋਬਲਮ?
ਚਾਬੀ ਅੰਦਰ ਲੌਕ ਹੋ ਗਈ ਆ। ਸ਼ੈਲ ਆਈ ਟਰਾਈ? ਪੰਜਾਬੀ ਆ, ਤਾਂ ਹੀ ਤਾਂ ਤੁਹਾਡੇ ਕੋਲ ਆਇਆ। ਪੰਜਾਬੀਆਂ ਦੀ ਹੈਲਪ ਕਰਨਾ ਇੱਕ ਦੂਜੇ ਦਾ ਫਰਜ਼ ਬਣਦਾ। ਲੌਕ ਖੋਲ ਸਕਦਾ? ਮੈਂ ਤਾਂ ਬਿਨਾਂ ਚਾਬੀ ਤੋਂ ਗੱਡੀ ਸਟਾਰਟ ਕਰ ਦਵਾਂ। ਇਹ ਤਾਂ ਲੌਕ ਆ, ਹੁਣੇ ਕਰਦਾ। Go ahead. ਚੰਗਾ ਬੰਦਾ, ਨਾ ਥੈਂਕ ਯੂ ਤੇ ਨਾ ਧੰਨਵਾਦ। ਬਈ ਸਹੀ ਕਿਹਾ ਸੀ, ਅਮਰੀਕਾ ਵਿੱਚ ਕਿਸੇ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੈ। ਚੱਲ ਵੀ ਹੋ ਜਾ ਜਿੱਤਿਆ, ਤੂੰ ਵੀ ਇਸ ਰੇਸ ਵਿੱਚ ਸ਼ਾਮਲ। ਦੇਖਦੇ ਹਾਂ ਅੱਗੇ ਕੀ ਹੁੰਦਾ। ਮਿੱਤਰਾ, ਆਹ ਗੁਰਚਰਨ ਦੀ ਗਰਾਜ। ਹਾਂਜੀ। ਇਹੀ ਤੇਰਾ ਘਰ, ਇਹੀ ਤੇਰਾ ਦਫ਼ਤਰ, ਇਹੀ ਤੇਰਾ ਸਭ ਕੁਝ। ਅੱਜ ਤੋਂ ਤੂੰ ਹੈ ਇੱਥੋਂ ਦਾ ਮੈਨੇਜਰ। ਠੀਕ ਆ ਜੀ। ਤੇ ਆ ਸਭ ਤੇਰੇ ਬੰਦੇ। ਮੈਨੂੰ ਤਾਂ ਕੋਈ ਬੰਦਾ ਇੱਥੇ ਨਜ਼ਰ ਨਹੀਂ ਆਉਂਦਾ। ਕਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਤੁਸੀਂ? ਤੇ ਆ ਕੀ ਆ? ਤੁਸੀਂ ਇਹ ਬੰਦਿਆਂ ਦੀ ਗੱਲ ਕਰਦੇ ਹੋ? ਬੰਦੇ ਹੋ ਜਿਹੜੇ ਮੌਕੇ ਤੇ ਕੰਮ ਆਉਣ। ਠੀਕ ਆ ਭਾਅ ਜੀ, ਅੱਜ ਤੋਂ ਇਹਨਾਂ ਨੂੰ ਆਪਣਾ ਦੋਸਤ ਮੰਨ ਲੈਂਦੇ ਹਾਂ। ਅੱਗੇ ਦੇਖਦੇ ਹਾਂ ਬਾਬਾ ਕਿੱਧਰ ਨੂੰ ਲੈ ਜਾਂਦਾ। ਮਿਹਨਤ ਕਰੀ ਜਾ, ਰੱਬ ਆਪੇ ਚੰਗੇ ਪਾਸੇ ਲੈ ਕੇ ਜਾਊਗਾ। ਕੀ ਹਾਲ ਆ ਜਿੱਤਿਆ? ਸਤਿ ਸ੍ਰੀ ਅਕਾਲ ਭਾਅ ਜੀ। ਸਤਿ ਸ੍ਰੀ ਅਕਾਲ। ਇਹ ਆ ਮੌਜੀ ਗੱਲ ਬਾਈ, ਕੀ ਹਾਲ ਆ? ਇਹ ਤੇਰੇ ਨਾਲ ਅੱਜ ਤੋਂ ਕੰਮ ਕਰੂਗਾ। ਠੀਕ ਆ ਜੀ। ਬਹੁਤ ਵਧੀਆ ਮਕੈਨਿਕ ਆ, ਇਹਨੇ ਅੱਜ ਤੱਕ ਬਹੁਤ ਸਾਰੀਆਂ ਮਸੀਕਣਾਂ ਤੇ ਅਮਰੀਕਣਾਂ ਠੀਕ ਕੀਤੀਆਂ ਨੇ। ਮਸੀਕਣਾਂ ਤੇ ਅਮਰੀਕਣਾਂ? ਮੈਂ ਸਮਝਿਆ ਨਹੀਂ ਜੀ ਤੁਹਾਡੀ ਗੱਲ। ਵਾਹੀ ਗੱਡੀਆਂ? ਓ ਅੱਛਾ ਜੀ, ਗੱਡੀਆਂ ਗੱਡੀਆਂ। ਆਪਣੀ ਖੂਹ। ਠੀਕ ਆ ਵੀਰੇ, ਫਿਕਰ ਨਾ। ਠੀਕ ਆ ਜੀ, ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਮੈਂ ਗੱਡੀਆਂ ਪੂਰੀਆਂ ਠੀਕ ਕਰੂ। ਪੇਪਰ ਹੈਗੇ ਆ ਵੀਰੇ ਤੇਰੇ ਕੋਲ? ਓਹੋ, ਕਿੱਥੇ ਚੇਤੇ ਕਰਾਤੀ ਭੂਤਣੀ। ਉਹਦਾ ਅੱਜ ਹੀ ਫੋਨ ਆਇਆ ਸੀ ਯਾਰ, ਪੈਸੇ ਮੰਗਦੀ ਸੀ। 10 ਸਾਲ ਹੋ ਗਏ ਮੇਰੇ ਪੇਪਰ ਨਹੀਂ ਬਣਾਏ ਯਾਰ। ਉਹ ਬੜਾ ਟਾਈਮ ਲੱਗਦਾ ਯਾਰ। ਆਪਣਾ ਦੁੱਖ ਸੁੱਖ ਕਰੋ, ਮੈਂ ਚੱਲਦਾ, ਮੈਨੂੰ ਹੋਰ ਬਥੇਰੇ ਕੰਮ ਨੇ। ਠੀਕ ਆ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ। ਕੀ ਗੱਲ ਭਾਜੀ, ਬੜੇ ਦੁਖੀ ਹੋ, ਕੀ ਚੱਕਰ ਹੋਇਆ? ਕਿੱਥੇ ਯਾਰ ਯਾਦ ਕਰਾਤੀ, ਉਹਦਾ ਹੁਣੇ ਫੋਨ ਆਇਆ ਯਾਰ, ਪੈਸੇ ਬਹੁਤ ਮੰਗਦੀ ਆ। 10 ਸਾਲ ਹੋ ਗਏ ਮੇਰੇ ਤੋਂ ਪੈਸੇ ਖਾਈ ਜਾਂਦੀ ਆ। ਗ੍ਰੀਨ ਕਾਰਡ ਹਾਲੇ ਮੈਨੂੰ ਮਿਲਿਆ ਨਹੀਂ। ਤੁਹਾਨੂੰ ਗ੍ਰੀਨ ਕਾਰਡ ਮਿਲਿਆ ਨਹੀਂ ਹਾਲੇ? ਕੋਈ ਗੱਲ ਨਹੀਂ, ਤੈਨੂੰ ਮਿਲਾ ਦੂੰ ਜਦੋਂ ਆਊਗੀ ਇੱਥੇ। ਦੇਖ ਲਈ, ਕਰ ਲਈ ਦਰਸ਼ਨ, ਤੇਰੇ ਕੋਲੋਂ ਕਾਹਦਾ ਲੁਕੋ, ਤੇਰੇ ਕੋਲ ਹੈਗੇ ਪੇਪਰ? ਭਾਜੀ ਪੇਪਰ ਜੇ ਹੁੰਦੇ ਤੇ ਆਪਾਂ ਇੱਥੇ ਹੀ ਕੰਮ ਕਰਦੇ। ਮੈਂ ਵੀ ਇਹੋ ਤੇਰੇ ਵਾਲਾ ਕੰਮ ਕਰਨ ਲੱਗਿਆ। ਕੋਈ ਨਾ, ਰੱਬ ਤੇ ਭਰੋਸਾ ਰੱਖ ਵੀਰੇ। ਠੀਕ ਆ ਜੀ, ਸਭ ਠੀਕ ਹੋਊਗਾ। ਹਾਂ ਹੈਪੀ, ਕੀ ਹਾਲ ਆ? ਸੈਟੀ ਸਾਹਿਬ ਪੈਰੀ ਪੈਂਦੇ ਆ ਜੀ। ਕਿੱਦਾਂ, ਕੋਈ ਮੁੰਡੇ ਮੁੰਡੇ ਆਏ ਪੰਜਾਬ ਤੋਂ? ਸੈਟੀ ਸਾਹਿਬ ਥੋੜੇ ਜਿਹੇ ਏਜੰਟ ਟਰੰਪ ਤੋਂ ਡਰੇ ਹੋਏ ਆ, ਬਾਕੀ ਤੁਸੀਂ ਘਬਰਾਓ ਨਾ। ਕੋਈ ਨੀ, ਤੂੰ ਜਿਸ ਤਰ੍ਹਾਂ ਵੀ ਹੁੰਦਾ ਤੂੰ ਮੁੰਡੇ ਭੇਜ ਪੰਜਾਬ ਤੋਂ ਮੰਗਾ ਕੇ।
ਸੇਠੀ ਸਾਹਿਬ, ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ੇ ਇੰਨੇ ਵੱਧ ਗਏ ਆ ਕਿ ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਬਾਹਰ ਹੀ ਭੇਜਣਾ ਚਾਹੁੰਦੇ ਆ ਤਾਂ ਕਿ ਉਹ ਵਧੀਆ ਜ਼ਿੰਦਗੀ ਬਿਤਾ ਸਕਣ। ਬਾਕੀ ਤੁਸੀਂ ਫਿਕਰ ਨਾ ਕਰੋ। ਕੋਈ ਨਾ, ਤੈਨੂੰ ਪਤਾ ਮੈਨੂੰ ਮੁੰਡਿਆਂ ਦੀ ਸਖ਼ਤ ਜ਼ਰੂਰਤ ਹੈ। ਜਲਦੀ ਸ਼ਿਪ ਰਾਹੀਂ ਬੰਦਿਆਂ ਨੂੰ ਭੇਜਣ ਦਾ ਅਰੇਂਜਮੈਂਟ ਕਰ ਰਹੇ ਹਾਂ। ਓਕੇ, ਠੀਕ ਆ। ਉਹ ਜੀਤ, ਇੱਥੇ ਬੈਠਾ ਕੀ ਸੋਚੀ ਜਾਂਦਾ? ਉਹ ਯਾਰ, ਗੁਰਚਰਨ ਭਾਜੀ ਦੀ ਵੇਟ ਕਰਦਾ, ਗਰਾਜ ਨਹੀਂ ਖੁੱਲ੍ਹੀ ਹਲੇ ਤੱਕ। ਉਹ ਅੱਜ ਨਹੀਂ ਗਰਾਜ ਖੁੱਲ੍ਹਣੀ, ਅੱਜ ਛੁੱਟੀ ਆ। ਜਾ ਡਾਊਨ ਟਾਊਨ ਵੱਲ ਗੇੜਾ ਮਾਰਿਆ, ਕੋਈ ਸ਼ਾਇਦ ਮਿਲ ਪਊ ਤੈਨੂੰ ਵੀ। ਮੈਂ ਵੀ ਚੱਲਿਆ ਆਪਣੀ ਰੋਜ਼ੀ ਕੋਲ, ਸ਼ਾਮ ਨੂੰ ਮਿਲਦੇ ਹਾਂ ਫਿਰ। ਇਹਦਾ ਵੀ ਸਰਿਆ ਹੀ ਪਿਆ ਡਾਊਨ ਟਾਊਨ, ਚੱਲ ਜਾਏ ਹੋਣੇ ਆ ਡਾਊਨ ਟਾਊਨ। ਜਿੰਦ ਜਾਨ ਮੇਰੇ ਨਾਲ ਆਉਣ ਵਾਲਾ ਉਹ ਸਾਥੀ ਉਮਰਾਂ ਦਾ।
दिलदार बिना ता जिंदगी दी हर रीज अधूरी है पा सचियां पा तो मोहब्बत ਜੀਤ ਕੀ ਕਰੀ ਜਾਂਦਾ ਕੁਛ ਨਹੀਂ ਯਾਰ ਇਹਦੇ ਟਾਇਰ ਜੀ ਦੀ ਪ੍ਰੋਬਲਮ ਆਈ ਸੀ ਗਰਮੀ ਬਹੁਤ ਆ ਕੰਮ ਤਾਂ ਮੁੱਕਣੇ ਨਹੀਂ ਚੱਲ ਆ ਜਾ ਠੰਡੀ ਬੀਰ ਲਾਉਣੇ ਆ ਓਲੇ ਹੱਥ ਬਣੀ ਜਰਾ ਹੋਰ ਕਿੱਦਾਂ ਉਹ ਤੇਰਾ ਹੋ ਗਿਆ ਕੰਪਰੈਸਰ ਠੀਕ ਗੱਡੀ ਦਾ ਹੋ ਗਿਆ ਠੀਕ ਆ ਉਹ ਯਾਰ ਮੈਨੂੰ ਇੱਕ ਗੱਲ ਚੇਤੇ ਆਈ ਮੈਂ ਤੈਨੂੰ ਸੁਣਾਉਂਦਾ ਇੱਕ ਜੋਕ ਚੇਤੇ ਆਇਆ ਤੂੰ ਨਾ ਹਟੀ ਜੋਕ ਹੀ ਸੁਣਾਉਂਦਾ ਰਿਹਾ ਕਰ ਇੱਕ ਵਾਰੀ ਚੀਅਰਸ ਉਹ ਇੱਕ ਵਾਰੀ ਇੱਕ ਮਾਈ ਦਿੱਲੀਓਂ ਬੱਸ 'ਚ ਚੜ੍ਹ ਗਈ ਅੱਛਾ ਹਾਲੇ ਬੱਸ ਦਿੱਲੀ 'ਚੋਂ ਨਿਕਲੀ ਅਤੇ ਪਹਿਲੇ ਸਟਾਪ 'ਤੇ ਰੁਕੀ ਅਤੇ ਮਾਈ ਕੰਡਕਟਰ ਨੂੰ ਕਹਿੰਦੀ ਵੀ ਭਾਈ ਲੁਧਿਆਣਾ ਆ ਗਿਆ ਕੰਡਕਟਰ ਕਹਿੰਦਾ ਬੇਬੇ ਲੁਧਿਆਣਾ ਅਜੇ ਬਹੁਤ ਦੂਰ ਆ ਜਦ ਲੁਧਿਆਣਾ ਆ ਗਿਆ ਮੈਂ ਆਪੇ ਉੱਥੇ ਤੈਨੂੰ ਉਤਾਰ ਦੂੰ ਬੱਸ ਅਗਲੇ ਸਟਾਪ 'ਤੇ ਰੁਕੀ ਮਾਈ ਕਹਿੰਦੀ ਵੀ ਪੁੱਤ ਲੁਧਿਆਣਾ ਇਹ ਕੰਡਕਟਰ ਕਹਿੰਦਾ ਬੇਬੇ ਲੁਧਿਆਣਾ ਅਜੇ ਬਹੁਤ ਦੂਰ ਆ ਮੈਂ ਆਪੇ ਤੈਨੂੰ ਉੱਥੇ ਉਤਾਰ ਦੂੰ ਬੈਠੀ ਰਹਿ ਚੁੱਪ ਕਰਕੇ ਗਾਂਹ ਬੱਸ ਪਾਣੀਪਤ ਰੁਕੀ ਕਰਨਾਲ ਰੁਕੀ ਅਤੇ ਮਾਈ ਹਰ ਥਾਂ ਪੁੱਛੇ ਬੇ ਭਾਈ ਇਹ ਲੁਧਿਆਣਾ ਕੰਡਕਟਰ ਕਹਿੰਦਾ ਬੇਬੇ ਲੁਧਿਆਣਾ ਅਜੇ ਬਹੁਤ ਦੂਰ ਆ ਬੈਠੀ ਰਹਿ ਜਦ ਆ ਗਿਆ ਮੈਂ ਤੈਨੂੰ ਆਪੇ ਤਾਰ ਦੂੰਗਾ ਗਾਂਹ ਬੱਸ ਅੰਬਾਲੇ ਖੜੀ ਮਾਈ ਫਿਰ ਕਹਿੰਦੀ ਵੇ ਪੁੱਤ ਲੁਧਿਆਣਾ ਆ ਗਿਆ ਕੰਡਕਟਰ ਕਹਿੰਦਾ ਬੇਬੇ ਜੇ ਹੁਣ ਮੈਨੂੰ ਪੁੱਛਿਆ ਨਾ ਲੁਧਿਆਣਾ ਆ ਗਿਆ ਮੈਂ ਤੈਨੂੰ ਉੱਥੇ ਹੀ ਉਤਾਰ ਦੇਣਾ ਚੁੱਪ ਕਰਕੇ ਬੈਠੀ ਰਹਿ ਜਦ ਲੁਧਿਆਣਾ ਆ ਗਿਆ ਮੈਂ ਆਪੇ ਤਾਰ ਦੂੰ ਤੈਨੂੰ ਗਾਂਹ ਜਿੱਥੇ ਬੱਸ ਰੁਕੇ ਬੁੜੀ ਕੰਡਕਟਰ ਦੇ ਮੂੰਹ ਵੱਲ ਐਂ ਦੇਖੇ ਬੋਲੇ ਨਾ ਵਿਚਾਰੀ ਡਰਦੀ ਕਿਤੇ ਮੈਨੂੰ ਉਤਾਰ ਹੀ ਨਾ ਦੇਵੇ ਗਾਂਹ ਬੱਸ ਫਲੋਰ ਖੜੀ ਮਾਈ ਨੇ ਵਿਚਾਰੀ ਨੇ ਡਰਦੀ ਜੀ ਨੇ ਪੁੱਛਿਆ ਬੇ ਪੁੱਤ ਲੁਧਿਆਣਾ ਅਜੇ ਆਇਆ ਕਿ ਨਹੀਂ ਕੰਡਕਟਰ ਕਹਿੰਦਾ ਓਹੋ ਬੇਬੇ ਤੂੰ ਪਹਿਲਾਂ ਕਿਉਂ ਨਹੀਂ ਪੁੱਛਿਆ ਲੁਧਿਆਣਾ ਪਿੱਛੇ ਰਹਿ ਗਿਆ ਚੱਲ ਹੁਣ ਇੱਥੇ ਉਤਰ ਕੇ ਲੁਧਿਆਣਾ ਵਾਲੀ ਬੱਸ ਫੜ ਕੇ ਚਲੀ ਜਾ ਉਹ ਸਵਾਰੀਆਂ ਕੰਡਕਟਰ ਮਗਰ ਪੈ ਗਈਆਂ ਉਹ ਮਾਈ ਤੈਨੂੰ ਦਿੱਲੀ ਤੋਂ ਪੁੱਛਦੀ ਆਉਂਦੀ ਆ ਚਲੋ ਬੱਸ ਨੂੰ ਮੋੜੋ ਪਿੱਛੇ ਮਾਈ ਨੂੰ ਲੁਧਿਆਣੇ ਤਾਰ ਕੇ ਆਓ ਉਹਨਾਂ ਨੇ ਬੱਸ ਮੋੜੀ ਪਿੱਛੇ ਲੈ ਬੇਬੇ ਆ ਗਿਆ ਲੁਧਿਆਣਾ ਕਹਿੰਦੀ ਬੇ ਪੁੱਤ ਇੱਕ ਪਾਣੀ ਦਾ ਗਲਾਸ ਲਿਆਈ ਕਹਿੰਦੇ ਕਿਉਂ ਕਹਿੰਦੀ ਮੇਰਾ ਪੁੱਤ ਕਹਿੰਦਾ ਸੀ ਜਦੋਂ ਲੁਧਿਆਣਾ ਆ ਗਿਆ ਤਾਂ ਆਹ ਦੋ ਗੋਲੀਆਂ ਲੈ ਜੀ ਜਾਣਾ ਮੈਂ ਵੀ ਜਲੰਧਰ ਹੀ ਆ ਉਹ ਯਾਰ ਇੰਨਾ ਸੋਹਣਾ ਜੋਕ ਸੁਣਾਇਆ ਹੱਸ ਤਾਂ ਲੈ ਮਾੜਾ ਜਿਹਾ ਮੰਨ ਗਈ ਯਾਰ ਤੈਨੂੰ ਇਹਦਾ ਵੀ ਔਖਾ ਮੌਜੀ ਦਾ ਵੀ ਪੂਰਾ ਦਿਨ ਜੋਕਾਂ ਦਾ ਸਵਾ ਕੋਈ ਕੰਮੇ ਨਹੀਂ ਹਾਂਜੀ ਨਵੀਂ ਗੱਡੀ ਹੈ ਫਿਰ ਵੀ ਰੁਕ ਰੁਕ ਕੇ ਚੱਲਦੀ ਹੈ ਜ਼ਰਾ ਦੇਖੋਗੇ ਮੈਨੂੰ ਲੱਗਦਾ ਇਹਨੂੰ ਪੰਜਾਬੀਆਂ ਦੇ ਹੱਥ ਨਹੀਂ ਲੱਗੇ ਇੱਕ ਵਾਰ ਓਵਰਹਾਲ ਕਰਤੀ ਫੇਰ ਨਾ ਰੁਕੀ ਕੀ ਮਤਲਬ ਉਹ ਜੀ ਮਤਲਬ ਕਈਆਂ ਨੂੰ ਸਿੱਧੀਆਂ ਤੇ ਸਾਫ ਸੜਕਾਂ ਰਾਸ ਨਹੀਂ ਆਉਂਦੀਆਂ ਇਹਨੂੰ ਥੋੜੇ ਜੇ ਟੋਏ ਟਿੱਬਿਆਂ 'ਚ ਲੈ ਕੇ ਜਾਓ ਥੋੜੀ ਜਿਹੀ ਸਰੂਰ 'ਚ ਗੱਡੀ ਚਲਾਓ ਫੇਰ ਦੇਖੋ ਕਿੱਦਾਂ ਪਾਣੀ ਵਾਂਗੂ ਚੱਲਦੀ ਆ ਤੂੰ ਕੀ ਸਮਝਦਾ ਜੇ ਅਸੀਂ ਅਮਰੀਕਾ ਵਿੱਚ ਰਹਿ ਰਹੇ ਹਾਂ ਤੇ ਅਸੀਂ ਆਪਣਾ ਕਲਚਰ ਹੀ ਭੁੱਲ ਗਏ ਹਾਂ ਕੁਆਰਾ ਹੈ 100% ਕੱਲ ਨੂੰ ਆਪਣੀ ਵਾਈਫ ਨੂੰ ਵੀ ਪਿਆਏਗਾ ਤੇ ਪੰਜਾਬਣ ਤੋਂ ਇੱਕ ਮੇਮ ਬਣਾਏਗਾ ਗੁੱਸਾ ਲੱਗਿਆ ਨਾ ਮੈਨੂੰ ਵੀ ਲੱਗਿਆ ਸੀ ਪਰ ਹੁਣ ਤੇਰੀਆਂ ਅੱਖਾਂ ਵਿੱਚੋਂ ਗੁੱਸਾ ਦੇਖ ਕੇ ਮੈਨੂੰ ਚੰਗਾ ਲੱਗਿਆ
ਅੱਛਾ ਕਿੰਨਾ ਟਾਈਮ ਲੱਗ ਜੂ ਠੀਕ ਕਰਾਉਣ ਨੂੰ? ਕੁਛ ਕਹਿ ਨਹੀਂ ਸਕਦਾ। ਆਲਾ ਮੇਰਾ ਕਾਰਡ, ਸਵੇਰੇ ਸਰਵਿਸ ਕਰਕੇ ਗੱਡੀ ਟਾਈਮ ਸਿਰ ਘਰ ਪਹੁੰਚਾ ਦੀ। ਚੱਲ ਠੀਕ ਆ। ਉਹ ਗੁੱਸੇ ਗਿੱਲੇ ਤਾਂ ਰਹਿ ਗਏ ਇੰਡੀਆ 'ਚ ਹੀ, ਇੱਥੇ ਤਾਂ ਨਿਭ ਕੇ ਕੰਮ ਕਰਨਾ ਪੈਣਾ। ਕੁੜੀ ਕੌਣ ਸੀ? ਉਹ ਕਿਸੇ ਰਹੀਸ ਜਾਦੇ ਦੀ ਡਿਗੜੀ ਹੋਈ ਔਲਾਦ ਲੱਗਦੀ ਆ। ਆ ਮੀਰਾਂ ਦੀਆਂ ਕੁੜੀਆਂ ਤੋਂ ਥੋੜ੍ਹਾ ਬਚ ਕੇ ਰਹੀ। ਉਹ ਆਪਾਂ ਨੇ ਕੀ ਕਰਨਾ ਯਾਰਾ, ਆਪਾਂ ਨੇ ਤਾਂ ਚਾਰ ਪੈਸੇ ਕਮਾ ਕੇ ਅਡਾਰੀ ਮਾਰ ਜਾਣੀਆਂ। ਨਾ ਮੌਜੀਆ, ਤੇਰਾ ਦਿਲ ਘੁੰਮ ਕਿਉਂ ਕਰੀ ਜਾਂਦਾ? ਇਹਨਾਂ ਪੰਜਾਬੀਆਂ ਨੂੰ ਘੜੀਆਂ ਹੱਥਾਂ 'ਤੇ ਨਹੀਂ ਅੱਖਾਂ 'ਤੇ ਬੰਨੀਆਂ ਚਾਹੀਦੀਆਂ। ਕਿੰਨਾ ਟਾਈਮ ਹੋ ਗਿਆ, ਹਜੇ ਤੱਕ ਨਹੀਂ ਆਇਆ। ਸਵੇਰ ਦੇ 10 ਵੱਜ ਗਏ ਤੇ ਤੂੰ ਹੁਣ ਆਇਆ? ਇਹੋ ਹੀ ਕਾਰਡ ਪੰਜਾਬੀਆਂ 'ਚ ਆ। ਪਰਦੇਸਾਂ ਵਿੱਚ ਮਾੜਾ ਮੋਟਾ ਕੰਮ ਮਿਲ ਜਾਏ, ਚਾਰ ਪੈਸੇ ਆ ਜਾਣ, ਫਿਰ ਬਸ ਲੰਬੀਆਂ ਤਾਨ ਕੇ ਸੋ ਜਾਂਦੇ ਆ, ਫਿਰ ਨਹੀਂ ਪਰਵਾਹ। ਸ਼ਾਇਦ ਤੁਸੀਂ ਠੀਕ ਹੀ ਕਹਿ ਰਹੇ ਹੋ। ਮੈਨੂੰ ਦੀਨ ਦੁਨੀਆ ਦੇ ਕੰਮ ਉਸ ਰੱਬ ਨੂੰ ਯਾਦ ਕਰਨ ਤੋਂ ਬਾਅਦ ਹੀ ਆਉਂਦੇ ਨੇ। ਮਤਲਬ ਜੀ, ਮੇਰਾ ਸਵੇਰ ਦੇ 8 ਵਜੇ ਤੱਕ ਦਾ ਟਾਈਮ ਗੁਰੂ ਘਰ ਦੀ ਸੇਵਾ ਵਿੱਚ ਨਿਕਲ ਜਾਂਦਾ। ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ। ਰੱਬ ਤੋਂ ਜ਼ਰੂਰੀ ਕੁਛ ਨਹੀਂ। ਜੇ ਕਿਸੇ ਨਾਲ ਇਸ਼ਕ ਹੋ ਜਾਵੇ? ਤਾਂ ਵੀ ਕਹਿੰਦੇ ਨੇ ਨਾ ਕਿ ਜੇ ਇਸ਼ਕ ਦੇ ਕੰਮ ਨੂੰ ਹੱਥ ਪਾਈਏ ਤਾਂ ਪਹਿਲਾਂ ਉਸ ਰੱਬ ਨੂੰ ਧਿਆਈਏ। ਅਗਲੀ ਵਾਰ ਆਵੇਗਾ ਨਾ ਤਾਂ ਪਹਿਲਾਂ ਰੱਬ ਦਾ ਨਾਮ ਧਿਆ ਕੇ ਆਏ। ਕੀ ਮਤਲਬ? ਚਾਬੀ ਕਿੱਥੇ ਹੈ? ਮੰਮੀ, ਅੱਜ ਕਾਲਜ ਦੀ ਫੀਸ ਦੇਣੀ ਹੈ। ਤੁਹਾਨੂੰ ਪਤਾ ਹੈ ਐਗਜ਼ਾਮ ਸਿਰ 'ਤੇ ਆ, ਅਤੇ ਮੰਮਾ ਅੱਜ ਆਖਰੀ ਤਰੀਕ ਹੈ। ਦੀਪੀ, ਅੱਜ ਕਾਲਜ ਤੋਂ ਛੁੱਟੀ ਕਰ ਲੈ। ਕਿਉਂ ਮੰਮਾ? ਤੇਰਾ ਬਾਪੂ ਸ਼ਾਮ ਤੱਕ ਕੋਈ ਨਾ ਕੋਈ ਇੰਤਜ਼ਾਮ ਕਰ ਦੂਗਾ, ਨਾਲੇ ਤੂੰ ਫਿਕਰ ਨਾ ਕਰਿਆ ਕਰ, ਅੱਜ ਘਰ ਬਹਿ ਕੇ ਪੜ੍ਹ ਲੈ। ਮੈਂ ਤਾਂ ਕਹਿੰਦਾ ਤੂੰ ਇਹਨੂੰ ਕਹਿ ਦੇ ਕਿ ਹੁਣ ਪੜ੍ਹਾਈ ਪੜੂਈ ਛੱਡ, ਦਲਜੀਤ ਤੂੰ ਇਹਦੇ ਵਿਆਹ ਦੀ ਤਿਆਰੀ ਕਰ। ਜੇ ਪੜ੍ਹ ਲਿਖ ਜਾਊਗੀ ਤਾਂ ਚਾਰ ਪੈਸੇ ਕਮਾਉਣ ਜੋਗੀ ਹੋ ਜਾਊਗੀ ਨਾ, ਵਿਆਹ ਕਿਤੇ ਏਦਾਂ ਹੀ ਹੋ ਜਾਂਦੇ ਆ। ਵਿਆਹ ਲਈ ਵੀ ਪੈਸਾ ਚਾਹੀਦਾ, ਪੈਸਾ ਨਾ ਹੋਰ ਮੈਂ ਕਿੱਥੋਂ ਇੰਨੇ ਪੈਸੇ ਲੈਵਾਂ, ਅੱਧੀ ਜ਼ਮੀਨ ਤਾਂ ਪਹਿਲੇ ਹਾੜ 'ਤੇ ਇਹਨੇ ਦੱਬੀ ਪਈ ਆ। ਬਾਪੂ ਜੀ ਕੀ ਗੱਲ, ਕਦੀ ਮੇਰੇ ਨਾਲ ਵੀ ਗੱਲ ਕਰ ਲਿਆ ਕਰੋ, ਆਪਸ ਵਿੱਚ ਘੁਸਰ ਮੁਸਰ ਕਰਦੇ ਰਹਿੰਦੇ ਹੋ। ਇੱਥੇ ਬੈਠ, ਅਸੀਂ ਤਾਂ ਦੋਨੋਂ ਐਵੇਂ ਸਾਰਾ ਦਿਨ ਬੈਠੇ ਗੱਪਾਂ ਮਾਰਦੇ ਰਹਿੰਦੇ ਆ। ਤੂੰ ਸੁਣਾ, ਥੱਕਿਆ ਟੁੱਟਿਆ ਆਇਆ? ਚੱਲ ਤੈਨੂੰ ਰੋਟੀ ਬਣਾ ਕੇ ਦਿਆਂ। ਵਾਹ ਮੇਰੇ ਰੱਬਾ,
जे तिया देनिया हुंदिया ते फिर गरीबी ना दया कर, ते जे गरीबी देनी हुंदिया फिर तिया भी ना दया कर। ओ जीतिया, ओ बाजी तुसी, मैं तैनू लभदा फिरदा, तू इत्थे बैठा, यही गल तेरी माड़ी गा, मूँह इदा लटकाई रखदा जिवें बुधवार का लौटा वेला होवे। की सोचदा रहना? सोचना की है भाजी, जे आरती दे पैसे वापस ना किते टाइम सिर तो उसने सारी जमीन मान लैनी है। एक राज कोई राजा नहीं बन जाता? हर गल नूं टाइम लगदा, सिद्धा नक दी सेध नूं चल, खरगोश नहीं कछू कुम्मा बण, मंजिल एक दिन जरूर मिल जू। शाह दे पैसे भी उतर जाणगे ते भैण दा विआह भी होजू। गल तां थोड़ी ठीक है भाजी, पर पैसे कित्थों आउणगे? ओए पैसे, मैं बंदा भावें गलत हाँ, गल बड़े पते दी करदा। नहीं नहीं भाजी, बंदे तां तुसी बहुत वधिया। चल ठीक है, वो जिहड़ी गोरी मेम दी गड्डी आई सी ठीक कर दई, ते कल नूं मिलदे आ। ठीक है भाजी, कुछ समझ नहीं आउंदा जीतिया। मेरे यार करन दा भी कुछ पता नहीं चलिया। संदीप साहब, इदां कदी होया पेमेंट आई होवे तां तुहानूं गड्डी ना मिले? गड्डी खड़ी आ गराज च, तुसी जद भी होवे पैसे फॉरवर्ड करो, तुहानूं मिल जूगी गड्डी। ओ हैलो, पहचाणिया? ना जिहदी गड्डी दा लॉक खराब हो गया सी, ते तू झटके नाल खोल दित्ती सी। होर की करदा अजकल? बस थोड़ी जी गराज विच नौकरी करदा, होर कुछ नहीं। मैं उस दिन वापस आया सी पर तू निकल गया। हाँ, मैनू थोड़ी जल्दी सी, बड़े पैसे बनाउण दा कदी मन कीता तां मैनू मिली तां इस नंबर ते कॉल करी। आ लै मेरा कार्ड, बाकी गल्लां आपां फिर करांगे। ਬੰਦਾ ਬੁਖਲਾ ਜਾਂਦਾ ਨਾ ਤਾਂ ਇਹੋ ਜਿਹੀਆਂ ਕਮੀਨੀਆਂ ਹੋਸ਼ੀਆਂ ਹਰਕਤਾਂ 'ਤੇ ਉੱਤਰ ਆਉਂਦਾ। ਡੈਡੀ ਕਿਆ ਕਰਦਾ, ਜੇ ਉਹ ਫੜਿਆ ਜਾਂਦਾ ਤਾਂ ਸਭ ਕੁਝ ਮਿੱਟੀ ਹੋ ਜਾਣਾ ਸੀਗਾ, ਉਹਨੂੰ ਮਾਰਨਾ ਬਹੁਤ ਜ਼ਰੂਰੀ ਸੀਗਾ। ਨਾ ਜੇ ਤੂੰ ਫੜਿਆ ਜਾਂਦਾ। ਪਰ ਡੈਡੀ, ਮੈਂ ਤੁਹਾਡਾ ਹੀ ਮੁੰਡਾ, ਜਦੋਂ ਆਪਣੀ ਜਾਨ ਖਤਰੇ ਵਿੱਚ ਹੋਵੇ ਤਾਂ ਕਿਸੇ ਦੀ ਜਾਨ ਦਾ ਫਿਕਰ ਨਹੀਂ ਹੁੰਦਾ। ਇਹੀ ਤਾਂ ਮੈਂ ਕੀਤਾ ਡੈਡੀ, ਬੇਵਕੂਫਾ, ਇਹੋ ਜਿਹੀ ਨੌਬਤ ਆਉਣੀ ਨਹੀਂ ਸੀ ਚਾਹੀਦੀ। ਗੱਡੀ ਖੋਲ੍ਹਣ ਵਾਲਾ ਤੇ ਚੁੱਕਣ ਵਾਲਾ ਐਕਸਪਰਟ ਆਦਮੀ ਹੋਣਾ ਚਾਹੀਦਾ। ਬੰਦਾ ਤਾਂ ਹੈ ਮੇਰੀ ਨਿਗਾਹ 'ਚ। ਕਿੱਥੇ ਆਓ? ਉਹਨੂੰ ਆਫਰ ਤਾਂ ਦਿੱਤੀ ਸੀ ਡੈਡੀ, ਆਇਆ ਨਹੀਂ ਉਹ। ਸਮੇਂ ਦੇ ਮੱਥੇ 'ਤੇ ਵਾਲ ਹੁੰਦੇ ਨੇ,
ਪਿੱਛੋਂ ਉਹ ਗੰਜਾ ਹੁੰਦਾ ਹੈ, ਉਹਨੂੰ ਫੜਨਾ ਤਾਂ ਮੱਥੇ ਤੋਂ ਫੜ, ਨਹੀਂ ਤਾਂ ਪਿੱਛੇ ਹੱਥ ਮਾਰਦਿਆਂ ਕੁਝ ਨਹੀਂ ਲੱਭਣਾ, ਲੱਭ ਉਹਨੂੰ। ਕੋਸ਼ਿਸ਼ ਕਰਦਾ ਡੈਡੀ। ਉਹ ਭੋਲੇ ਕਿੱਦਾਂ ਕੀ ਹਾਲ ਆ, ਉਹ ਵੈਸਟਰਨ ਯੂਨੀਅਨ ਦਾ ਕੀ ਰੇਟ ਆ ਅੱਜ? 64 ਰੁਪਈਏ। ਉਹ ਕੱਲ੍ਹ ਤਾਂ ਯਾਰ 64 ਰੁਪਈਏ 26 ਪੈਸੇ ਸੀ। ਚੱਲ ਠੀਕ ਆ, ਫਿਰ ਮੈਂ ਤੈਨੂੰ ਸ਼ਾਮ ਨੂੰ ਮਿਲਦਾ ਫਿਰ। ਉਹ ਮੌਜੀਆ, ਤੂੰ ਕਦੇ ਪੈਸੇ ਭੇਜੇ ਵੀ ਆ? ਕਿਵੇਂ ਸਵਾਦ ਲਈ ਜਾਂਦਾ। ਮੈਂ ਯਾਰ ਆਪਦੀ ਜਰਨਲ ਨੌਲੇਜ ਬਾਰੇ ਪੁੱਛ ਰਿਹਾ, ਪੈਸੇ ਕਿਹੜੇ ਕੰਜਰ ਕੋਲ ਆ? ਜਿੰਨੇ ਹੁੰਦੇ ਆ ਉਹ ਲੈ ਜਾਂਦੀ ਆ। ਇਹਦਾ ਵੀ ਖਰਿਆ ਪਿਆ ਤੇ ਕਦੇ ਵੈਸਟਰਨ ਯੂਨੀਅਨ ਵਾਲੇ ਦਾ ਦਿਮਾਗ ਖਾਂਦਾ ਰਹਿੰਦਾ, ਕੋਈ ਕੰਮ ਨਾ ਕਾਰ। ਕਰਨੀ ਪੈਣੀ ਆ ਗੁਰਚਰਨ ਭਾਜੀ ਨਾਲ ਗੱਲ। ਉਹ ਕਦੇ ਦਿਨ ਵੱਡਾ ਹੋਇਆ, ਕਦੇ ਰਾਤ ਵੱਡੀ ਹੋਈ, ਕਦੇ ਸਾਡੀਆਂ ਉਮੰਗਾਂ ਵਾਲੀ ਬਾਤ ਵੱਡੀ ਹੋਈ। There he is. Maji. Maji, where have you been? I've been looking for you everywhere. Where have you been? Don't you see I'm working? I know you're working, but I need more money. What happened to money I gave you yesterday? That was yesterday. Today's a new day. Today is a new day. I need more money. I have deadlines. I need a pedicure, a manicure. Look, my hair's a mess. I need the money. What do you think? Am I made of money? You're working. You should have money. Let's go. Where's the money? How much do you need? Everything you have. Everything. Always. What do you have in your pocket? Money. That's perfect. Perfect, Maji. Hey, Rosie, you need anything else beside the money? Not today. Have a good one. ਉਹ ਬਾਪੂ ਤੂੰ ਠੀਕ ਹੀ ਕਹਿੰਦਾ ਕੀ ਲੈਣਾ ਬਾਹਰਲੇ ਮੁਲਕ 'ਚ ਜਾ ਕੇ। ਹੁਣ ਪਤਾ ਲੱਗਦਾ ਬਾਹਰਲੇ ਮੁਲਕ ਵਿੱਚ ਇੰਨਾ ਔਖਾ ਕੰਮ ਕਰਨਾ ਪੈਂਦਾ। 18-18 ਘੰਟੇ ਕੰਮ, ਬਹੀਆਂ ਰੋਟੀਆਂ ਖਾਣੀਆਂ ਪੈਂਦੀਆਂ, ਜਿੰਨੇ ਪੈਸੇ ਕਮਾਈ ਦੇ ਇਹ ਲੈ ਜਾਂਦੀਆਂ। ਸੱਚੀ ਕਹਿੰਦਾ ਸੀ ਆਪਣਾ ਦੇਸ਼ ਆਪਣਾ ਦੇਸ਼ ਹੀ ਹੁੰਦਾ। Oh God. Oh my God. Harry makes worry. ਜਿਹਨੂੰ ਮਿਲਣ ਜਾਣਾ ਸੀ ਲੱਗਦਾ ਉਹਨੂੰ ਇੱਥੇ ਬੁਲਾਉਣਾ ਪੈਣਾ। ਹੈਲੋ। ਹੈਲੋ ਡੀਅਰ। ਕੌਣ? ਕਿੰਨੀਆਂ ਕੁੜੀਆਂ ਤੈਨੂੰ ਡੀਅਰ ਕਹਿਣ ਵਾਲੀਆਂ? ਉਹ ਡੀਅਰ ਕਹਿਣ ਦਾ ਹੱਕ ਤਾਂ ਮੈਂ ਤੈਨੂੰ ਵੀ ਨਹੀਂ ਦਿੱਤਾ। ਮੈਂ ਆਪਣੀ ਚਾਹਤ ਤੇ ਆਪਣਾ ਹੱਕ ਆਪ ਡਿਸਾਈਡ ਕਰਦੀ ਹਾਂ, ਤੈਨੂੰ ਪੁੱਛਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਤੈਨੂੰ ਮੈਂ ਪਸੰਦ ਨਹੀਂ, ਤੂੰ ਮੈਨੂੰ ਪਿਆਰ ਨਹੀਂ ਕਰਦਾ। ਉਹ ਚੱਲ ਦੱਸ ਕੌਣ ਕਿਉਂ ਕੀਤਾ? ਗੱਡੀ ਤਾਂ ਠੀਕ ਆ, ਪਹਿਲਾਂ ਰੁਕ ਰੁਕ ਕੇ ਚੱਲਦੀ ਸੀ, ਹੁਣ ਬੰਦ ਹੀ ਹੋ ਗਈ ਹੈ। ਮਤਲਬ? ਲੌਕ ਲੱਗ ਗਿਆ ਤੇ ਚਾਬੀ ਮੈਂ ਅੰਦਰ ਹੀ ਭੁੱਲ ਗਈ। ਹੈਲਪ ਕਰ ਦੋਗੇ ਪਲੀਜ਼? ਕਿਸੇ ਹੋਰ ਮਕੈਨਿਕ ਨੂੰ ਸੱਦ ਲਾ। ਮੈਂ ਜਾਣਦੀ ਨਹੀਂ। ਮੈਂ ਕਰ ਦਿੰਦਾ ਕਾਲ। ਜ਼ਰੂਰਤ ਨਹੀਂ। ਤਾਂ ਫਿਰ ਲੌਕ ਕਿਵੇਂ ਖੁੱਲੂਗਾ? ਜਦੋਂ ਟਾਈਮ ਲੱਗੇ ਆ ਜਾਵੇ। ਮੈਨੂੰ ਪਤਾ ਨਹੀਂ ਟਾਈਮ ਲੱਗੇ ਜਾਂ ਨਾ ਲੱਗੇ। ਮੈਂ ਇੰਤਜ਼ਾਰ ਕਰਾਂਗੀ। ਉਹ ਮੈਂ ਨਹੀਂ ਆਵਾਂਗਾ। ਮੈਂ ਇੰਤਜ਼ਾਰ ਕਰਾਂਗੀ। ਮੈਂ ਸੱਚ ਕਹਿਣਾ ਹੀਰੀ, ਮੇਰੇ ਕੋਲ ਨਹੀਂ ਆਉਣਾ। ਕਿਸੇ ਹੋਰ ਨੂੰ ਬੁਲਾ ਲੈਂਦੀ? ਮੈਂ ਜਾਣਦੀ ਨਹੀਂ। ਮੈਂ ਬੁਲਾ ਦਿੰਦਾ। ਡਰਦੀ ਸੀ। ਕਿਉਂ?
ਕਹਿੰਦੇ ਨੇ ਮਾੜਾ ਮਕੈਨਿਕ ਗੱਡੀ ਖਰਾਬ ਵੀ ਕਰ ਦਿੰਦਾ। ਕਿਹੜੀ ਗੱਡੀ ਆ? ਤੇਰੇ ਸਾਹਮਣੇ ਹੀ ਤੇ ਹੈ। ਹਟ ਪਰੇ। ਆ ਚੱਕ, ਖੁੱਲ ਗਿਆ। ਓਕੇ, ਜਸਟ ਵੇਟ ਹੇਅਰ। ਨਾ ਅੰਦਰੋਂ ਹੁਣ ਸ਼ੱਕਰਪਾਰੇ ਲੈਣ ਚੱਲੀ ਆ। ਪਤਾ ਨਹੀਂ ਕਿੱਥੇ ਚਲਾ ਗਿਆ। ਬਾਪੂ, ਬਾਪੂ ਜੀ, ਬਾਪੂ, ਬਾਪੂ ਜੀ। ਬਾਪੂ ਜੀ, ਇਹ ਕੀ ਕਰਦੇ ਆ ਤੁਸੀਂ? ਬਾਪੂ ਜੀ, ਨਹੀਂ। ਇਹ ਕੀ ਕਰਨ ਲੱਗੇ ਸੀ ਬਾਪੂ ਜੀ ਤੁਸੀਂ? ਛੱਡੋ, ਛੱਡੋ ਬਾਪੂ ਜੀ, ਨਹੀਂ। ਇਹ ਕੀ ਕਰਨ ਲੱਗੇ ਜੀ ਬਾਪੂ ਜੀ ਤੁਸੀਂ? ਨਹੀਂ ਬਾਪੂ ਜੀ, ਨਹੀਂ। ਇਹ ਕੀ ਕਰਨ ਲੱਗੇ ਜੀ ਬਾਪੂ ਜੀ ਤੁਸੀਂ? ਜ਼ਿੰਦਗੀ 'ਚ ਤਰਾ ਚੜਾ ਆਉਂਦੇ ਰਹਿੰਦੇ ਨੇ ਬਾਪੂ ਜੀ। ਨਹੀਂ ਬਾਪੂ ਜੀ, ਜ਼ਿੰਦਗੀ 'ਚ ਤਰਾ ਚੜਾ ਆਉਂਦੇ ਰਹਿੰਦੇ ਨੇ ਬਾਪੂ ਜੀ। ਹੌਸਲਾ ਕਿਉਂ ਛੱਡ ਦਿਓ ਤੁਸੀਂ ਬਾਪੂ ਜੀ? ਹੌਸਲਾ ਕਿਉਂ ਛੱਡ ਦਿਓ? ਕਹਿੰਦੇ ਨੇ ਜ਼ਿੰਦਗੀ 'ਚ ਕਿਸਮਤ ਇੱਕ ਵਾਰ ਦਰਵਾਜ਼ਾ ਖੜਕਾਉਂਦੀ ਆ, ਪਰ ਤੇਰੇ ਕੋਲ ਦੂਜੀ ਵਾਰ ਤੁਰ ਕੇ ਆਈ ਆ। ਦੱਸ, ਕਰੂੰਗਾ ਕੰਮ ਮੇਰੇ ਨਾਲ? ਕਰਦਾ ਕੰਮ। ਪੁੱਛੇਗਾ ਨਹੀਂ ਕੀ ਕਰਨਾ ਪੈਣਾ? ਮੈਨੂੰ ਪੈਸੇ ਨਾਲ ਮਤਲਬ ਆ। ਆ ਚੱਕ ਪੈਸੇ। ਉਹ ਜੀਤ ਸੁੱਟੀ ਹੋਈ ਚੀਜ਼ ਨੂੰ ਹੱਥ ਨਹੀਂ ਲਾਉਂਦਾ। ਜੇ ਕੰਮ ਕਰਾਉਣਾ ਆ ਨਾ, ਤੈਨੂੰ ਚੱਕ ਕੇ ਹੱਥ 'ਚ ਫੜਾ। ਤੇਜਾ ਵੀ ਸਿੱਟੀ ਹੋਈ ਚੀਜ਼ ਨੂੰ ਕਦੀ ਦੁਬਾਰਾ ਨਹੀਂ ਚੁੱਕਦਾ, ਪਰ ਤੇਰੇ ਲਈ ਆ ਵੀ ਮਨਜ਼ੂਰ ਆ। ਕੰਮ ਕੀ ਆ? ਪਹਿਲਾਂ ਪੈਸੇ ਖਰਚ, ਦਿਮਾਗ ਬਾਅਦ 'ਚ ਖਰਚਾਂਗੇ। ਫੜ ਮੇਰਾ ਕਾਰਡ, ਮੇਰੀ ਕਾਲ ਦੀ ਵੇਟ ਕਰੀ। ਤੇਜੇ, ਜਿਹੜੀਆਂ 6 ਗੱਡੀਆਂ ਦਾ ਆਰਡਰ ਦਿੱਤਾ ਸੀ ਉਹ ਤਿਆਰ ਖੜੀਆਂ ਨੇ ਲਾਟ ਵਿੱਚ। ਮਿਲਦੇ ਹਾਂ ਫਿਰ ਕੱਲ੍ਹ ਨੂੰ। ਚਰਨ ਭਾਅ ਜੀ, ਓਹੋ ਕਿੱਥੇ ਫਸ ਗਿਆ? ਗੁਰਚਰਨ ਭਾਅ ਜੀ, ਤੁਸੀਂ ਇੱਥੇ?
ਹਾਂ ਜੀਤਿਆ, ਮੈਂ ਗੁਰਚਰਨ ਭਾਜੀ ਨੀ, ਚੈਨੀ ਆ ਚੈਨੀ। ਇਸ ਧੰਦੇ 'ਚ ਲੋਕੀ ਮੈਨੂੰ ਚੈਨੀ ਦੇ ਨਾਮ ਨਾਲ ਜਾਣਦੇ ਆ। ਪਰ ਭਾਜੀ ਤੁਸੀਂ ਇਹ ਕੰਮ? ਹਾਂ ਜੀਤਿਆ, ਸਮਾਜ ਦੀ ਫੋਕੀ ਸ਼ੋਸ਼ੇਬਾਜ਼ੀ ਨੇ ਮਾਰ ਲਿਆ। ਆਏ ਦਿਨ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲੇ, ਪੋਸਟਰ 'ਤੇ ਫੋਟੋ ਛਾਪ ਕੇ ਕਹਿ ਦਿੰਦੇ ਆ ਤੈਨੂੰ ਗ੍ਰੈਂਡ ਸਪੋਂਸਰ ਬਣਾਤਾ। ਇਹੋ ਜਿਹੀ ਸ਼ੋਹਰਤ ਪਾਉਣ ਲਈ ਇਹ ਧੰਦਾ ਬਹੁਤ ਜ਼ਰੂਰੀ ਆ। ਅਤੇ ਜਿਹਾ ਉਹ ਜਿਹੜੀਆਂ ਮੈਂ ਤੈਨੂੰ ਗੱਡੀਆਂ ਲਿਆ ਕੇ ਦਿੰਦਾ, ਅਤੇ ਤੂੰ ਉਹ ਗੱਡੀਆਂ ਦਾ ਕੀ ਕਰਦਾ? ਜਿਹੜੇ ਮੈਂ ਤੈਨੂੰ ਪੈਸੇ ਦਿੰਦਾ, ਮੈਂ ਤੈਨੂੰ ਕਦੀ ਪੁੱਛਿਆ ਤੂੰ ਉਹਦਾ ਕੀ ਕਰਦਾ? ਕੁਛ ਗੱਲਾਂ ਪੜਦੇ 'ਚ ਰਹਿਣ ਤਾਂ ਚੰਗੀਆਂ ਰਹਿਣੀਆਂ, ਬਾਕੀ ਗੱਲਾਂ ਆਫਿਸ ਕਰਾਂਗੇ ਤਾਂ ਦੂਜੇ ਕੰਮ ਲਈ ਤਿਆਰ ਰਹੀ। ਮੌਜੀ ਆ ਕਿੱਦਾਂ ਵੀਰ? ਮੈਂ ਥੋੜ੍ਹਾ ਲੇਟ ਹੋ ਜਾਣਾ ਆ, ਤੇ ਯਾਰ ਤੂੰ ਬੰਦ ਕਰ ਦੀ ਕਾਰਾਂ ਦੀ। ਕੋਹਾਂ ਲੰਬੇ ਲਾਰੇ ਹੁਣ ਛੱਡ, ਵੈਰ ਨੇ ਨੀ ਲਾਉਣੇ ਕੋਹਾਂ ਤੇਰਿਆਂ ਬਾਗਾਂ ਦੇ ਵਿੱਚ ਪੈਂਦਾ ਜਾਂਦਾ ਬੂਰ ਨੀ। ਹਾਏ ਮੌਜੀ, ਆ ਪੁੱਲ ਝੜੀ ਫਿਰ ਆ ਗਈ। ਜੀਤ ਕਿੱਥੇ ਆ? ਮੈਂ ਆਪਣੀ ਗੱਡੀ ਦਿਖਾਉਣੀ ਸੀ। ਕੋਈ ਗੱਲ ਨਹੀਂ, ਮੈਂ ਦੇਖ ਲੈਣਾ ਕੀ ਗੱਲ ਹੈ। ਜੀਤ ਨੇ ਪਹਿਲਾਂ ਵੀ ਠੀਕ ਕੀਤੀ ਸੀ, ਮੈਂ ਚਾਹੁੰਦੀ ਹਾਂ ਕਿ ਉਹੀ ਠੀਕ ਕਰੇ। ਜੇ ਉਹ ਇੱਥੇ ਨਹੀਂ ਹੈ ਤਾਂ ਮੈਂ ਫਿਰ ਆ ਜਾਵਾਂਗੀ। ਚਲੋ ਗੱਡੀ ਤਾਂ ਤੁਸੀਂ ਉਹ ਤੋਂ ਠੀਕ ਕਰਵਾ ਲਿਓ, ਪਰ ਜਾਂਦੇ ਜਾਂਦੇ ਮੈਂ ਇੱਕ ਨਵਾਂ ਚੁਟਕਲਾ ਲਿਖਿਆ, ਉਹ ਸੁਣ ਕੇ ਜਾਇਓ। ਕੋਈ ਨਹੀਂ, ਜੀਤ ਨੂੰ ਸੁਣਾ ਦਿਓ, ਮੈਂ ਉਸ ਕੋਲੋਂ ਸੁਣ ਲਵਾਂਗੀ। ਬਾਏ। ਲੱਗਦਾ ਦਾਲ 'ਚ ਕੁਝ ਕਾਲਾ ਹੈ। ਮੈਨੂੰ ਲੱਗਦਾ ਸਾਰੀ ਦਾਲ ਹੀ ਕਾਲੀ ਹੈ। ਆ ਜੀਤ ਵੀ ਕੁਝ ਨਹੀਂ ਦੱਸਦਾ ਕੀ ਕਰ ਰਿਹਾ ਅੱਜ ਕੱਲ੍ਹ। ਨਵਾਂ ਕੈਮੀਕਲ ਆ ਤੇ ਜਿਹਨੇ ਭੇਜਿਆ ਸਿੰਥੈਟਿਕ ਡਰੱਗ ਬਣਾਉਣ ਵਾਸਤੇ। ਉਹ ਕਿੱਥੇ ਫੜਾਉਣ ਦਿਆ ਆ? ਚੰਗਾ ਠੀਕ ਆ ਫਿਰ। ਪੇਮੈਂਟ ਬਾਰੇ ਕੋਈ ਗੱਲ ਹੀ ਨਹੀਂ ਕੀਤੀ, ਡਰਪੋਕ ਜਿਹਾ ਲੱਗਦਾ ਮੈਨੂੰ। ਉਹ ਜੀਤ ਕਿੱਧਰ ਰਹਿੰਦਾ ਅੱਜ ਕੱਲ੍ਹ? ਲੱਗਦਾ ਕਿਸੇ ਮੋਟੀ ਸਾਮੀ ਨਾਲ ਪੇਚਾ ਪੈ ਗਿਆ ਲੱਗਦਾ। ਮੇਰੀ ਇੱਕ ਗੱਲ ਯਾਦ ਰੱਖੀ, ਹਨੇਰੀ ਵਾਂਗੂ ਪੈਸੇ ਬੰਦੇ ਨੂੰ ਬਾਬ ਰੋਲੇ ਵਾਂਗੂ ਉਡਾ ਕੇ ਲੈ ਜਾਂਦੇ ਨੇ, ਇਹ ਯਾਦ ਰੱਖੀ। ਮੌਜੀਆ ਇਹੋ ਜਿਹੀ ਕੋਈ ਗੱਲ ਨਹੀਂ ਯਾਰਾ, ਚੱਲ ਆ ਬੈਠ, ਇੱਕ ਨਵਾਂ ਚੁਟਕਲਾ ਲਿਖਿਆ ਉਹ ਸੁਣ ਲੈ। ਕੰਮ ਵੀ ਕਰ ਲਿਆ ਕਰ, ਚੁਟਕਲੇ ਸੁਣਾਉਂਦਾ ਰਹਿੰਦਾ। ਉਹਨੂੰ ਵੀ ਜਾ ਕੇ ਸੁਣਾਉਣਾ। ਕਿਹਨੂੰ? ਉਹ ਅਮੀਰ ਬਾਪ ਦੀ ਵਿਗੜੀ ਔਲਾਦ, ਲੱਗਦਾ ਕਮਲੀ ਨੂੰ ਤੇਰੇ ਨਾਲ ਪਿਆਰ ਹੋ ਗਿਆ। ਮੌਜੀਆ ਪਿਆਰ ਤਾਂ ਮੈਨੂੰ ਵੀ ਹੋ ਗਿਆ ਉਹਦੇ ਨਾਲ ਯਾਰ, ਪਰ ਉਹਨੂੰ ਮੈਂ ਕਿਵੇਂ ਕਹਾਂ? ਇਹ ਵੀ ਸਾਲਾ ਗਿਆ ਕੰਮ ਤੋਂ ਲੱਗਦਾ। ਹੁਣ ਕਾਰਾਂ ਮੈਨੂੰ ਇਕੱਲੇ ਨੂੰ ਹੀ ਠੀਕ ਕਰਨੀਆਂ ਪਿਆ ਕਰਨੀਆਂ। Thank you.
ਦੇ ਜੁਦਾਈ ਸਾਂ ਤੂੰ ਹੀ ਦਿਲ ਤੂੰ ਹੀ ਜਾਂ ਤੇਰਾ ਬੁੱਲੀਆਂ ਤੇ ਨਾ ਤੂੰ ਹੀ ਦਿਲ ਤੂੰ ਹੀ ਜਾਂ ਤੇਰਾ ਬੁੱਲੀਆਂ ਤੇ ਨਾ ਤੇਰੇ ਲਈ ਜੀਵਾਂ ਮਰਾਂ ਕਿਵੇਂ ਮੈਂ ਤੈਨੂੰ ਕਹਾਂ ਸਾਹਾਂ ਤੋਂ ਪਿਆਰੀ ਹਾਲੇ ਤੇਰੇ ਨਾਲ ਯਾਰੀ ਮੈਂ ਤੇ ਤੇਰੇ ਪਿੱਛੇ ਯਾਰਾ ਖੁੱਲਾ ਦੁਨੀਆ ਏ ਸਾਰੀ ਕਿਵੇਂ ਕਰਾਂ ਇਕਰਾਰ ਮੇਰੇ ਸੋਹਣੇ ਦਿਲਦਾਰ ਕਿਵੇਂ ਕਰਾਂ ਇਕਰਾਰ ਮੇਰੇ ਸੋਹਣੇ ਦਿਲਦਾਰ ਦੁੱਖ ਕਿਵੇਂ ਦੱਸ ਦੇ ਜ਼ਰਾ ਸਮਝਦਾ ਆਪਣੇ ਆਪ ਨੂੰ ਇੰਨਾ ਆਕੜਖੋਰ ਕਿਉਂ ਹੋ ਗਿਆ ਤੈਨੂੰ ਇੱਕ ਸੋਹਣੀ ਕੁੜੀ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਉਹ ਹੀਰੀ ਮੈਂ ਤਾਂ ਤੈਨੂੰ ਕਦੇ ਕੁਝ ਕਿਹਾ ਹੀ ਨਹੀਂ ਕਿਉਂ ਨਹੀਂ ਕਹਿੰਦਾ ਕੀ ਇਹ ਮੇਰੀ ਆਪਣੇ ਆਪ ਦੀ ਬੇਇੱਜ਼ਤੀ ਨਹੀਂ ਕੀ ਘਾਟ ਹੈ ਮੇਰੇ 'ਚ ਉਹ ਪੁੰਨਿਆਂ ਦਾ ਚੰਨ ਕਿਹਨੂੰ ਨਹੀਂ ਚੰਗਾ ਲੱਗਦਾ ਪਰ ਉਹਦੀ ਤਮੰਨਾ ਰੱਖਣਾ ਆਪਣੇ ਆਪ 'ਚ ਮੂਰਖਤਾ ਨਹੀਂ ਸਮਝੀ ਜਾਂਦੀ ਮੈਨੂੰ ਇੰਨੀਆਂ ਗੱਲਾਂ ਨਹੀਂ ਆਉਂਦੀਆਂ ਚੁੱਪ ਚਾਪ ਇੱਕ ਗੱਲ ਸੁਣ ਲੈ ਤੂੰ ਮੇਰਾ ਹੈ ਤੇ ਮੈਂ ਤੇਰੀ ਹਾਂ ਉਹ ਨਹੀਂ 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 ਹੀਰੀ ਇਹ ਨਹੀਂ ਹੋ ਸਕਦਾ ਲੱਗਦਾ ਇਹ ਡਿਪੋਰਟ ਕਰਾ ਕੇ ਹੀ ਹਟੂ Good evening, ma'am. I'm Detective Timothy. I came here to let you know Curran has been released from prison by mistake this morning. What? How could this happen? I'm sorry, if he tries to get in touch with you or contact you, then let us know ASAP. Karan ji zamanat hogi galti naal. I'm sorry, ma'am, but I have to leave. ਤੇਜੇ ਤੇਰੀਆਂ 7 ਗੱਡੀਆਂ ਦਾ ਆਰਡਰ ਰੈਡੀ ਆ ਆਪਣੇ ਬੰਦੇ ਭੇਜ ਕੇ ਚੁਕਵਾ ਲਾ ਡੈਡੀ ਪਿਛਲੇ ਹਫ਼ਤੇ 'ਚ 12 ਗੱਡੀਆਂ ਅੰਦਰ ਆ ਚੁੱਕੀਆਂ ਨੇ ਅੰਦਰ ਭਰਨ ਦੀ ਲੋੜ ਨਹੀਂ ਇਹਨਾਂ ਨੂੰ ਟਿਕਾਣੇ ਲਾਓ ਠੀਕ ਹੈ ਡੈਡੀ ਐਲਬਰਟ ਤੈਨੂੰ ਇਸ ਵੇਲੇ ਪ੍ਰਿੰਸ ਹੋਟਲ ਵਿੱਚ ਮਿਲੇਗਾ ਉਹਨੂੰ ਸਾਰੀਆਂ ਗੱਡੀਆਂ ਦਿਖਾ ਦੇ ਸਮਝ ਗਿਆ ਥੋੜ੍ਹਾ ਉੱਪਰ ਕੀ ਤਾਂ ਥੱਲੇ ਕੀ ਜਿੰਨੀ ਛੇਤੀ ਹੋ ਸਕੇ ਸੁਰੱਖਿਅਤ ਇਹਨਾਂ ਸਾਰੀਆਂ ਗੱਡੀਆਂ ਨੂੰ ਮੈਕਸੀਕੋ ਭੇਜੋ ਠੀਕ ਹੈ ਡੈਡੀ ਆਜ ਦਾ ਕੀ ਨਾਂ ਡੈਡੀ ਜੀਤ ਇਹ ਸੋਨੇ ਦਾ ਆਂਡਾ ਦੇਣ ਵਾਲੀ ਕੁੱਕੜੀ ਆ ਇਹਨੂੰ ਹਮੇਸ਼ਾ ਮੁੱਠ 'ਚ ਰੱਖੀ ਹੱਥੋਂ ਨਾ ਨਿਕਲ ਜਾਵੇ ਛੱਡਣਾ ਨਹੀਂ ਹੈ ਪਰ ਘੁੱਟਣਾ ਵੀ ਨਹੀਂ ਜਿੰਨੀ ਦੇਰ ਜਿਉਂਦੀ ਰਹੇਗੀ ਇਹ ਸੋਨੇ ਦਾ ਆਂਡਾ ਦਿੰਦੀ ਰਹੇਗੀ ਇਹਦੀ ਹਰ ਜ਼ਰੂਰਤ ਪੂਰੀ ਕਰ ਇਹ ਸਾਰੀ ਉਮਰ ਤੇਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਡੈਡੀ ਹੁਣ ਮੈਂ ਕੰਮ ਜਾਣਾ ਸ਼ਾਮ ਨੂੰ ਆਪਾਂ ਇਕੱਠੇ ਡਿਨਰ ਕਰਦੇ ਹਾਂ ਅੱਛਾ ਪੁੱਤਰਾ ਡੈਡੀ
यार ये भी तेजी नाल काम करदा कुछ समझ नहीं आ रहा यू हियर दिस टाइम Yes, I'm here out of concern for your safety. Have you had any contact with Curran since the last time we met? No. But this is too much. I can't live this fearful life. Please arrest him. Or I will have to leave. Try to stay calm, ma'am. Don't lose your courage. Our agents are looking for Curran 24/7. We will find him. Matlab, sher nu fadan layi, sher ni da sahara zaruri hai. What was that? Nothing. Well, time for me to go. Curran? Ruby. ਘਰ ਦੇ ਸਾਰੇ ਦਰਵਾਜ਼ੇ ਬੰਦ ਕਰ ਦੇ ਤਾਂ ਦਿਲ ਦੇ ਦਰਵਾਜ਼ੇ ਖੋਲ੍ਹ ਦੇ ਅੱਜ ਮੈਂ ਤੇਰੇ ਦਿਲ ਦੇ ਅੰਦਰ ਝਾਕ ਕੇ ਦੇਖਣਾ ਚਾਹੁੰਦਾ ਕਿ ਉਹ ਕੀ ਸੀ ਜਿਸ ਨੇ ਮੈਨੂੰ ਸਦਾ ਲਈ ਅੰਦਰ ਕਰਤਾ ਨਹੀਂ ਕਰਨ ਖਬਰਦਾਰ ਆਪਣੀ ਜ਼ਹਿਰੀਲੀ ਜ਼ੁਬਾਨ 'ਤੇ ਮੇਰਾ ਨਾਂ ਲਿਆ ਤਾਂ ਮੈਂ ਤਾਂ ਪਹਿਲਾਂ ਹੀ ਬਹੁਤ ਜ਼ਹਿਰੀਲਾ ਹੋ ਚੁੱਕਿਆ ਹੁਣ ਤਾਂ ਮੈਂ ਕਿਸੇ ਨੂੰ ਵੀ ਫੂਕ ਮਾਰ ਕੇ ਜ਼ਹਿਰੀਲਾ ਕਰ ਸਕਦਾ ਦੱਸ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਰੂਬੀ ਪੈਸਿਆਂ ਦੀ ਖਾਤਰ ਪੈਸਿਆਂ ਖਾਤਰ ਆਪਣੇ ਪਤੀ ਦਾ ਖੂਨ ਮੇਰੇ ਕੋਲੋਂ ਕਰਵਾਇਆ ਮੈਨੂੰ ਪੁਲਿਸ ਦੇ ਸ਼ਿਕੰਜੇ 'ਚ ਫਸਾਇਆ ਨਹੀਂ ਕਰਨ ਮੈਨੂੰ ਨਾ ਮਾਰੀ ਮੇਰੇ ਕੋਲ ਪੈਸੇ ਹਨ ਆਪਾਂ ਇਹਨਾਂ ਪੈਸੇ ਨਾਲ ਕੁਛ ਵੀ ਕਰ ਸਕਦੇ ਹਾਂ ਪਲੀਜ਼ ਟਰਾਈ ਟੂ ਅੰਡਰਸਟੈਂਡ Sorry, ma'am. I forgot my lighter. Oh, Mojiya, aa gaya tera green card oye. Keh de onu main hai nahi itthe. Keh de mi. Tu mere ko chhod ke chala janna. Aun ta de. Where's Maji? Jeet, have you seen Maji? I don't know. I have very important papers that he's been waiting for. Okay. Okay, make sure he gets them. Oh, one more thing. Let him know that I have dinner waiting for him tonight. We need to celebrate, okay? You're welcome. Oh, thank you. Bye. Oh, Maji. ਆਇਆ ਮਿੱਤਰਾ ਲੱਗਦਾ ਆ ਗਿਆ ਤੇਰਾ ਪੇਪਰ ਉਹ ਚਲੇ ਗਈ ਭਰਾਵਾ ਆ ਜਾ ਆ ਪਤਾ ਨਹੀਂ ਕੀ ਆ ਦੇਖ ਲਾ ਪੜ੍ਹ ਕੇ ਲੱਗਦਾ ਤੇਰਾ ਗ੍ਰੀਨ ਕਾਰਡ ਆ ਗਿਆ ਉਹ ਬੱਲੇ ਬੱਲੇ ਬਣ ਗਈ ਗੱਲ ਉਹ ਰੱਬ ਨੇ ਸੁਣ ਲਈ ਮੌਤ ਦੇ ਮੂੰਹ ਚੋਂ ਖਿੱਚ ਲਿਆ ਅੱਜ ਮੈਂ ਤੇਰੇ ਤੇ ਕੋਈ ਅਹਿਸਾਨ ਨਹੀਂ ਕੀਤਾ ਤੈਨੂੰ ਮੇਰੀ ਤਾਂ ਮੈਨੂੰ ਤੇਰੀ ਲੋੜ ਆ ਮੈਂ ਪੈਸਾ ਕਮਾਉਂਦਾ ਤਾਂ ਤੈਨੂੰ ਵੀ ਬਣਾ ਕੇ ਦਿੰਦਾ ਤੇਰਾ ਵੀ ਘਰ ਪਲਦਾ ਤਾਂ ਮੇਰਾ ਵੀ ਆਪਾਂ ਦੋਨੋਂ ਇੱਕ ਦੂਜੇ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ ਅਸੀਂ ਇੱਕ ਦੂਜੇ ਦੇ ਦੋਸਤ ਹਾਂ ਦੋਸਤੀ ਆ ਤਾਂ ਸਭ ਕੁਛ ਆ ਨਹੀਂ ਤਾਂ ਪਿਆਰ ਵੀ ਨਹੀਂ ਰਹੇਗਾ ਪਰ ਮੈਨੂੰ
ਮੈਨੂੰ ਕਿਸੇ ਹੋਰ ਨਾਲ ਪਿਆਰ ਆ। ਕਿਹਦੇ ਨਾਲ? ਨਾਂ ਲੈ ਕੇ ਮੈਂ ਉਹਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ। ਉਹ ਤਾਂ ਪੰਜਾਬ 'ਚ ਹੋਣੀ ਆ। ਨਹੀਂ, ਹੈਗੀ ਤਾਂ ਇੱਥੇ ਦੀ ਆ। ਤੈਨੂੰ ਪਿਆਰ ਕਰਦੀ ਆ? ਹਾਂ, ਮੈਨੂੰ ਪਿਆਰ ਕਰਦੀ ਆ, ਪਰ ਮੈਂ ਉਹਨੂੰ ਪਿਆਰ ਨਹੀਂ ਕਰਨਾ ਚਾਹੁੰਦਾ। ਮੈਂ ਉਹਨੂੰ ਧੋਖਾ ਨਹੀਂ ਦੇਣਾ ਚਾਹੁੰਦਾ। ਕੀ ਫਰਕ ਪੈਂਦਾ? ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਪਿਆਰ ਅਤੇ ਜੰਗ 'ਚ ਸਭ ਕੁਝ ਆਏ ਜਾ। ਉਹ ਜੰਗ ਦਾ ਤਾਂ ਮੈਨੂੰ ਪਤਾ ਨਹੀਂ, ਪਰ ਪਿਆਰ ਵਿੱਚ ਬਹੁਤ ਫਰਕ ਪੈਂਦਾ। ਤਾਂ ਹੀ ਤਾਂ ਪੰਜਾਬੀ ਦਿਲ ਦੇ ਹੱਥੋਂ ਮਰਦੇ ਆ। ਦਿਲ ਨਹੀਂ ਉਹ ਲੱਗਦਾ ਸੋਹਣੀਏ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਉਹ ਮੈਨੂੰ ਚੈਨ ਨਾ ਆਵੇ ਸੋਹਣੀਏ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਚੈਨ ਨਾ ਆਵੇ ਸੋਹਣੀਏ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਚੱਲ ਸੋਹਣੀਏ ਚੱਲ ਸੋਹਣੀਏ ਚੱਲ ਸੋਹਣੀਏ ਨੀ ਕਿਤੇ ਉੱਡ ਚੱਲੀਏ। ਚੱਲ ਸੋਹਣੀਆ ਸੁਣਿਆ ਵੇ ਕਿਤੇ ਉੱਡ ਚੱਲੀਏ। ਤੇਰਾ ਪਿਆਰ ਪਾਉਣ ਲਈ ਸਜਣਾ ਲੱਖ ਮੰਗੀਆਂ ਦੁਆਵਾਂ ਉਸ ਰੱਬ ਤੋਂ। ਆਜਾ ਦਿਲ ਚ ਲਕੋ ਕੇ ਰੱਖ ਲਾ ਤੈਨੂੰ ਸੋਹਣੀਏ ਮੈਂ ਵੈਰੀ ਇਸ ਜੱਗ ਤੋਂ। ਨਾ ਮੈਨੂੰ ਕਰ ਗਿਆ ਮੈਂ ਇਸ਼ਕ 'ਚ ਜਲ ਗਿਆ। ਹੁਣ ਨੀਂਦ ਨਾ ਆਵੇ ਸੋਹਣਿਆ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਉਹ ਮੇਰਾ ਦਿਲ ਨਹੀਂ ਉਹ ਲੱਗਦਾ ਸੋਹਣੀਏ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਖੁਸ਼ਬੂ ਫਿਜ਼ਾਵਾਂ ਵਿੱਚੋਂ ਤੇਰੀ ਨੀ, ਦਿਲ ਕਰੇ ਤੈਨੂੰ ਬਾਹਾਂ 'ਚ ਸਮਾਉਣ ਨੂੰ। ਤੂੰ ਸਮਝ ਇਸ਼ਾਰਾ ਕੇ ਜ
जादू तेरा चल गया, मैं इश्क च जल गया। ओ मैनू चैन ना आवे सोनिए, तेरे बिना तेरे बिना तेरे बिना है तेरे बिना। ਤਾਂ ਕਦੋਂ ਦਾ ਤਿਆਰ ਮੇਰੀ ਗੋਰੀਏ, ਦਿਲ ਜਾਂ ਤੇਰੇ ਨਾਂ ਲਿਖਵਾਉਣ ਨੂੰ। ਇਹ ਮੌਸਮ ਪਿਆਰਾ ਮੇਰੇ ਦਿਲਦਾਰਾ, ਕਿ ਨਸ਼ਾ ਜਿਹਾ ਚੜ ਗਿਆ, ਹਾਏ ਮੈਂ ਦਿਲ ਹਰ ਗਿਆ। ਮੈਨੂੰ ਚੈਨ ਨਾ ਆਵੇ ਸੋਣੀਏ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਮੈਨੂੰ ਚੈਨ ਨਾ ਆਵੇ ਸੋਣੀਏ, ਤੇਰੇ ਬਿਨਾ ਤੇਰੇ ਬਿਨਾ ਤੇਰੇ ਬਿਨਾ ਹਾਏ ਤੇਰੇ ਬਿਨਾ। ਹੀਰੇ, ਤੈਨੂੰ ਸ਼ਰਮ ਨਹੀਂ ਆਈ ਜਵਾਨੀ ਦੇ ਮਕੈਨਿਕ ਨਾਲ ਪਿਆਰ ਦੀਆਂ ਪੀਂਘਾਂ ਪਾਉਂਦੀ ਨੂੰ? ਆਪਣਾ ਨਹੀਂ ਤਾਂ ਘੱਟੋ ਘੱਟ ਸਾਡੀ ਇੱਜ਼ਤ ਦਾ ਖਿਆਲ ਰੱਖਿਆ ਹੁੰਦਾ। ਤੁਹਾਡੀ ਇੱਜ਼ਤ ਦੇ ਜਿਹੜੇ ਝੰਡੇ ਚੁੱਲਦੇ ਨੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਮੇਰਾ ਮੂੰਹ ਨਾ ਖੁਲਵਾਓ ਵੀਰ ਜੀ, ਜੇ ਮੈਂ ਬੋਲਣ 'ਤੇ ਆ ਗਈ ਤਾਂ ਤੁਹਾਡੇ ਕੋਲ ਭੱਜਣ ਦਾ ਰਾਹ ਰਸਤਾ ਨਹੀਂ ਲੱਭਣਾ। ਤੂੰ ਕਿਹੜਾ ਕੀ ਚਾਹੁੰਦੀ ਹੈ? ਰਹਿਣ ਦਿਓ ਵੀਰ ਜੀ, ਸਾਡੇ ਪਿਆਰ ਦਾ ਤੂੰ ਇਹ ਸਿਲਾ ਦਿੱਤਾ। ਮੈਂ ਤੁਹਾਡਾ ਪਿਆਰ ਵੀ ਜਾਣਦੀ ਹਾਂ ਅਤੇ ਵਪਾਰ ਵੀ। ਵੀਰ ਜੀ, ਕੁਝ ਗੱਲਾਂ ਪਰਦੇ ਵਿੱਚ ਰਹਿਣ ਤਾਂ ਹੀ ਚੰਗੀਆਂ। ਬਾਕੀ ਇੱਕ ਗੱਲ ਯਾਦ ਰੱਖਣਾ, ਅੱਗੇ ਤੋਂ ਮੇਰੇ 'ਤੇ ਹੱਥ ਚੁੱਕਣ ਦੀ ਹਿੰਮਤ ਕੀਤੀ ਤਾਂ ਮੈਨੂੰ ਵੀ ਆਪਣੀ ਹਿੰਮਤ ਦਿਖਾਉਣੀ ਪਵੇਗੀ। ਤੇਰੀ ਇੰਨੀ ਹਿੰਮਤ ਨਹੀਂ, ਸ਼ਰਮ ਕਰ। ਹੀਰੀ ਹੁਣ ਬਚੀ ਨਹੀਂ ਰਹੀ, ਜਵਾਨ ਹੋ ਚੁੱਕੀ ਹੈ। ਡੈਡੀ, ਇਹ ਉਸ ਮਕੈਨਿਕ ਨਾਲ, ਮੈਂ ਇਹਨੂੰ ਨਹੀਂ ਛੱਡਾਂਗਾ, ਜਾਨੋ ਮਾਰ ਦਿਆਂਗਾ। ਕੰਜਰਾ, ਇਸ ਨੂੰ ਨਾ ਮਾਰ, ਜੇ ਮਾਰਨਾ ਚਾਹੁੰਦਾ ਤਾਂ ਜੀਤੇ ਨੂੰ ਮਾਰ, ਸੱਪ ਵੀ ਮਰ ਜੂ ਤੇ ਸੋਟੀ ਵੀ ਬਚ ਜੂ। ਡੈਡੀ, ਯੂਰ ਜੀਨੀਅਸ। ਮੈਂ ਇੱਦਾਂ ਕਿਉਂ ਨਹੀਂ ਸੋਚਦਾ ਜਿੱਦਾਂ ਤੁਸੀਂ ਸੋਚਦੇ ਹੋ? ਕੰਜਰਾ, ਮੈਂ ਤੇਰਾ ਪਿਓ ਹਾਂ ਕਾਕਾ, ਅਸੀਂ ਬਹੁਤ ਪੁਰਾਣੀਆਂ ਮਾਰਾਂ ਤੇ ਖੁਰਾਕਾਂ ਖਾਧੀਆਂ ਨੇ। ਖਾਤੀ ਆਪਣੀ ਔਕਾਤ, ਜਿਹੜੀ ਥਾਲੀ ਚ ਖਾਨਾ ਉਸੀ ਥਾਲੀ ਚ ਛੇਦ ਕਰਦਾ। ਵੀਰ, ਮੇਰੀ ਭੈਣ ਆ।
ਰਹਿਣ ਦੇ ਚੈਨੀ, ਮਰਨ ਦੇ ਤੜਪ ਤੜਪ ਕੇ ਸਾਲੇ ਨੂੰ। ਓ ਜੀਤ, ਆ ਕੀ ਹੋ ਗਿਆ ਤੈਨੂੰ? ਓਏ ਉੱਠ, ਓਏ ਹੋਸ਼ ਕਰ, ਹੋਸ਼ ਕਰ। ਕਿਸ ਨਾਲ ਪੰਗਾ ਲੈ ਲਿਆ ਤੂੰ? ਓਏ ਅੱਖਾਂ ਖੋਲ ਜੀਤ, ਜੀਤ, ਓ ਜੀਤ ਮੇਰੇ ਵੀਰ ਅੱਖਾਂ ਖੋਲ। ਦੱਸ ਮੈਨੂੰ ਕਿਹਨੇ ਤੇਰਾ ਇਹ ਹਾਲ ਕੀਤਾ? ਓ ਜੀਤ ਅੱਖਾਂ ਖੋਲ ਮੇਰੇ ਵੀਰ। ਓ ਜੀਤ ਹੋਸ਼ ਕਰ, ਹੌਸਲਾ ਰੱਖ, ਅੱਖਾਂ ਖੋਲ, ਮੇਰੀ ਗੱਲ ਮੰਨ। ਉਹਨੂੰ ਕਿਤੇ ਦੂਰ ਲੈ ਕੇ ਚਲਿਆ ਜਾ, ਚਲਿਆ ਜਾ ਕਿਤੇ ਦੂਰ। ਜੇ ਇੰਨੀ ਸਮਝ ਹੁੰਦੀ ਤਾਂ ਆਪਣੀ ਜ਼ਿੰਦਗੀ ਬਰਬਾਦ ਕਰਵਾਉਣ ਮੈਂ ਤੇਰੇ ਕੋਲ ਇੱਥੇ ਹੀ ਆਉਂਦਾ। ਮੈਨੂੰ ਪਿਆਸਿਆਂ ਨੇ ਨਹੀਂ, ਤੇਰੇ ਮੋਹ ਨੇ ਮਾਰ ਲਿਆ ਸੀ ਰੂਬੀ। ਅਦੇ ਕਰਨ, ਇਸ ਬੈਗ ਵਿੱਚ ਇੰਨੇ ਪੈਸੇ ਤੂੰ ਕਦੀ ਜ਼ਿੰਦਗੀ ਵਿੱਚ ਵੀ ਨਹੀਂ ਦੇਖੇ ਹੋਣੇ। ਚੱਲ ਮੇਰੇ ਨਾਲ, ਆਪਾਂ ਐਸ਼ ਕਰਾਂਗੇ। ਜੇ ਐਸ਼ ਹੀ ਕਰਨੀ ਹੁੰਦੀ ਰੂਬੀ ਤਾਂ ਕਿਸੇ ਹੋਰ ਨੂੰ ਲੱਭ ਲੈਣਾ ਸੀ। ਮੈਨੂੰ ਦੁੱਖ ਹੈ ਕਿ ਤੂੰ ਇੱਕ ਪੰਜਾਬਣ ਹੋ ਕੇ ਇੱਕ ਪੰਜਾਬੀ ਦੇ ਪਿਆਰ ਨੂੰ ਸਮਝ ਨਹੀਂ ਸਕੀ, ਮੇਰੇ ਪਿਆਰ ਨੂੰ ਸਮਝ ਨਹੀਂ ਸਕੀ। ਮੈਨੂੰ ਮਾਫ਼ ਕਰ ਦੇ ਕਰਨ, ਮੈਂ ਤੈਨੂੰ ਇੰਨਾ ਪਿਆਰ ਕਰੂੰਗੀ ਤੂੰ ਕਦੀ ਸੋਚ ਵੀ ਨਹੀਂ ਸਕਦਾ। ਨਾ ਮਾਰੀ ਕਰਨ, ਮੈਨੂੰ ਨਾ ਮਾਰੀ। ਜੋ ਜ਼ਿੰਦਗੀ ਤਬਾਹ।
ਜੋ ਜ਼ਿੰਦਗੀ ਤਬਾਹ ਹੋ ਗਈ। ਦਿਨ ਚੈਨੀ ਨੂੰ ਜੇ ਮੈਂ ਨਾ ਰੋਕਦਾ ਸ਼ਾਇਦ ਮੈਨੂੰ ਆ ਦਿਨ ਦੇਖ ਲੈਣਾ ਪੈਂਦਾ। ਤੇਜਾ ਆਪਣੇ ਬੰਦਿਆਂ ਨਾਲ ਇਹ ਇੱਥੇ ਕੀ ਕਰ ਰਿਹਾ? ਲੱਗਦਾ ਤੇਰੀ ਮੌਤ ਮੇਰੇ ਹੀ ਹੱਥੋਂ ਲਿਖੀ ਆ। ਜੀਤ, ਜੀਤ ਮੇਰਾ ਯਾਰ, ਇਹ ਕੀ ਹੋ ਰਿਹਾ? ਤੇਜਾ go everyone cops are coming ji mainu chhad do mainu ja len do de kol chhad do veer ji chhad do mainu chhad do tenu main hune hospital leke jana tu fikr na kar mere yaar
ਹੁੰਦਾ ਤੈਨੂੰ ਯਾਰ? ਕੁਛ ਨਹੀਂ ਹੁੰਦਾ, ਫਿਕਰ ਨਾ ਕਰ। ਮੈਨੂੰ ਲੱਗਦਾ ਪੁਲਿਸ ਆਈ ਆ। ਆ ਤੂੰ ਟੋਪੀ ਪਾ ਲਾ, ਟੋਪੀ ਲੈ ਲਾ ਤੂੰ, ਪਿੱਛੇ ਪੁਲਿਸ ਲੱਗੀ ਆ ਆਪਣੇ। ਕਰਨ, ਪਿੱਛੇ ਆਪਣੇ ਪੁਲਿਸ ਲੱਗੀ ਆ। ਮੈਂ ਤੈਨੂੰ ਤੈਨੂੰ ਡਾਕਟਰ 'ਤੇ ਲੈ ਕੇ ਜਾਂਦਾ ਮੇਰੇ ਯਾਰ। ਜੀਤ, ਜੀਤ ਮੇਰੇ ਯਾਰ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਮੌਤ ਨੂੰ ਤਾਂ ਇੱਕ ਚੰਗਾ ਮਕਸਦ ਮਿਲਿਆ। ਸਾਰੀ ਜ਼ਿੰਦਗੀ ਤੂੰ ਇੱਦਾਂ ਕਿਉਂ ਕਹਿੰਦਾ ਯਾਰ? ਆਪਣੀ ਜ਼ਿੰਦਗੀ ਨੂੰ ਕੁਛ ਨਹੀਂ ਹੁੰਦਾ ਤੈਨੂੰ। ਮੈਂ ਨਹੀਂ ਸੀ ਚਾਹੁੰਦਾ ਕਿ ਤੂੰ ਵੀ ਇਸ ਪੱਥਰ ਦੇ ਸ਼ਹਿਰਾਂ 'ਚ, ਪੱਥਰ ਦੇ ਲੋਕਾਂ ਵਿੱਚ ਰਹੇ। ਸਭ ਕੁਝ ਠੀਕ ਹੋ ਜਾਣਾ ਕਰਨ। ਇਸ ਤੋਂ ਪਹਿਲਾਂ ਕਿ ਸਮਾਂ ਤੈਨੂੰ ਅਜਗਰ ਵਾਂਗ ਹੌਲੀ ਹੌਲੀ ਨਿਕਲ ਲਵੇ, ਤੂੰ ਇੱਥੋਂ ਚਲਾ ਜਾ। ਚਲਾ ਜਾ ਇਸ ਦੇਸ਼ ਨੂੰ ਛੱਡ ਕੇ। ਹੌਸਲਾ ਰੱਖ, ਦੇਖ ਆਪਾਂ ਥੋੜ੍ਹੀ ਦੂਰ ਹਾਂ, ਇੱਥੋਂ ਆਪਾਂ ਬੋਟ ਲੈ ਲੈਣੀ ਆ। ਬੋਟ ਲੈ ਕੇ ਆਪਾਂ ਮਾੜਾ ਜਿਹਾ ਬਸ ਅੱਗੇ ਟਾਪੂ 'ਤੇ ਜਾ ਕੇ ਅੱਗੇ ਉਹ ਨਿਕਲ ਜਾਣਾ ਆ ਬਸ। ਆ ਲੈ ਫੜ, ਜੈਕਟ ਪਾ ਲਿਆ ਕਰਨ, ਔਖਾ ਸੌਖਾ ਜੈਕਟ ਪਾ ਲਾ ਮੇਰਾ ਯਾਰ। ਮੇਰੇ ਨਾਲ ਵਾਅਦਾ ਕਰ ਜੀਤ, ਇੱਥੋਂ ਜਦੋਂ ਗੱਡੀ ਵਿੱਚੋਂ ਨਿਕਲ ਆਇਆ ਨਾ, ਤੂੰ ਪਿੱਛੇ ਮੁੜ ਕੇ ਨਾ ਦੇਖੀ। ਮੇਰੇ ਨਾਲ ਵਾਅਦਾ ਕਰ, ਪਿੱਛੇ ਨਹੀਂ ਦੇਖਦਾ, ਪਿੱਛੇ ਪਿੱਛੇ ਮੁੜ ਕੇ ਨਹੀਂ ਦੇਖਦਾ ਮੇਰੇ ਯਾਰ। ਕਸਮ ਮੈਂ ਵਾਅਦਾ ਕਰਦਾ ਕਰਨ, ਪਿੱਛੇ ਮੁੜ ਕੇ ਨਹੀਂ ਦੇਖਦਾ ਯਾਰ। ਜਲਦੀ ਕਰ ਜੀਤ। ਲੱਖ ਮੁਸ਼ਕਿਲ ਆਵੇ ਯਾਰਾ ਤੇਰੀ ਯਾਰੀ ਤੇ ਜਾਨ ਵਿਵਾਰਾਂਗੇ।
जगते नहीं सौखा मिलदा प्यार, जगते नहीं सौखा मिलदा प्यार। जिन चोट दी जीता चंगा बंदा यार, वो बिना दस्यो पा चलिया अपनी अमानतता ले जा नाल। चाहे हो शहरी चाहे हो देसी, कुड़ियां करेजी मुंडे करेजी, चाहे हो शहरी चाहे हो देसी। हर कोई चौंदा जाना अमरीका, हर कोई चौंदा जाना अमरीका, पूरे तू कर दे रब्बा खाब दिल दे। ड्रीम यूएसए, ड्रीम यूएसए, ड्रीम यूएसए, ड्रीम यूएसए। परियां दे देश जाना है, उथों ना वापस आना है, परियां दे देश जाना है, उथों ना वापस आना है। ओ मोंट्रे दी मस्ती, ओ बीच दे किनारे, म्यामी दिया मौजा, न्यूयॉर्क दे नजारे, टलिया ता यार हुण नहीं ओ टल दे। ड्रीम यूएसए, ड्रीम यूएसए, ड्रीम यूएसए, ड्रीम यूएसए। अपना ता ख्वाब पुराना है, सुपना ये सच बनाना है, अपना ता ख्वाब पुराना है, सुपना ये सच बनाना है। स्टैचू ऑफ लिबर्टी फ्रिज नो देखाड़े, हैवन दी फीलिंग लेंदे ने सारे, यारा ने बनना स्टार कल दे। ड्रीम यूएसए, ड्रीम यूएसए, ड्रीम यूएसए, ड्रीम यूएसए।
na 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 na